ਲੈ ਕੇ ਹਾਜ਼ਰ ਹੋ ਗਏ ਜੀ ਅੱਜ ਦੀ ਇਸ ਮਹਿਫਲ ਨੂੰ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸਵਾਗਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਵੈਰੀ ਗੁੱਡ ਮਾਰਨਿੰਗ ਟੋਰਾਂਟੋ ਉਮੀਦ ਕਰਦੇ ਹਾਂ ਕਿ ਤੁਸੀਂ 1320 ਫ੍ਰੀਕੁਐਂਸੀ ਦੇ ਉੱਤੇ ਸਾਡੇ ਨਾਲ ਜੁੜ ਚੁੱਕੇ ਹੋਵੋਗੇ ਔਰ ਤੁਸੀਂ ਵਤਨੋਂ ਦੂਰ ਦੀ ਇਸ ਮਹਿਫਲ ਦੇ ਨਾਲ ਸਾਡੇ ਨਾਲ ਸਾਂਝ ਪਾ ਰਹੇ ਹੋ ਤੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਲੋਕਲ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਨਾਲ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਉੱਤੇ ਵੀ ਚਾਤ ਪਾਵਾਂਗੇ ਔਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਔਰ ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈਗੀ ਆ ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਆ ਤਾਂ ਤੁਸੀਂ 905 799 0999 ਦੇ ਉੱਤੇ ਗੱਲਬਾਤ ਜਿਹੜੀ ਹੈ ਜੋ ਕੀਤੀ ਜਾ ਸਕਦੀ ਆ ਤੇ ਨਾਲ ਦੀ ਨਾਲ ਆਪਾਂ ਸਾਂਝ ਪਾਉਣੇ ਹੈਗੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਖੀ ਨਿਜਰ ਸਾਹਿਬ ਨਿਜਰ ਸਾਹਿਬ ਤੁਹਾਡਾ ਆਪਣੇ ਹੀ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਗੁੱਡ ਆਫਟਰਨੂੰਨ ਔਰ ਗੁੱਡ ਮਾਰਨਿੰਗ ਰਲਿਮਿਲੀ ਕਿਉਂਕਿ ਹਾਲੇ 11:00 ਵਜੇ ਆ ਤੇ ਬਾਕੀ ਆਸ ਹੈ ਪੂਰੀ ਕਿ ਠੰਡ ਦਾ ਮਜ਼ਾ ਲੈ ਰਹੇ ਹੋਣਗੇ ਜੀ ਬਿਲਕੁਲ ਔਰ ਮੈਨੂੰ ਲੱਗਦਾ ਕਿ ਜਿਹੜਾ ਹੁਣ ਆਹ ਜਿਹੜਾ ਪਿਛਲੇ ਤਕਰੀਬਨ 7 ਦਿਨਾਂ ਤੋਂ ਟੈਂਪਰੇਚਰ ਜਿਹੜਾ ਹੈਗਾ ਕਾਫੀ ਡਾਊਨ ਗਿਆ ਹੈਗਾ ਔਰ ਉਹਦੇ ਵਿੱਚ ਇਸ ਵੇਲੇ ਜਿਹੜੀ ਵਿੰਟਰ ਹੈਗੀ ਹੈ ਜੀ ਉਹ ਆਪਣਾ ਰੰਗ ਦਿਖਾ ਰਹੀ ਹੈਗੀ ਹੈ ਤੇ ਟੈਂਪਰੇਚਰ ਦੀ ਗੱਲਬਾਤ ਕਰਦੇ ਹਾਂ ਜੀ ਵੈਦਰ ਰਿਪੋਰਟ ਜਿਹੜਾ ਹੈਗਾ ਇਸ ਵੇਲੇ -6 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਔਰ ਫੀਲ ਲਾਈਕ -11 ਹੈਗਾ ਹਵਾ ਕਰਕੇ ਜਿਹੜੀ ਹੈ ਜੀ ਠੰਡ ਥੋੜੀ ਜਿਹੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈਗੀ ਆ ਔਰ ਐਵਰੇਜ ਦੇ ਨਾਲੋਂ ਕਹਿੰਦੇ ਜੀ ਇਹ 10 ਡਿਗਰੀ ਹਾਈ ਆ ਔਰ ਟੈਂਪਰੇਚਰ ਜਿਹੜਾ ਹੈ ਤਕਰੀਬਨ ਅਗਲੇ ਬੁੱਧਵਾਰ ਤੱਕ ਐਦਾਂ ਹੀ ਚੱਲਣ ਦਾ ਅਸਰ ਨੇ ਤੇ ਉਸ ਤੋਂ ਬਾਅਦ ਫਿਰ ਅਗਲੇ ਵੀਕ ਬੁੱਧਵਾਰ ਤੋਂ ਬਾਅਦ ਟੈਂਪਰੇਚਰ ਜਿਹੜਾ ਪਲੱਸ ਦੇ ਵੱਲ ਨੂੰ ਦੁਬਾਰਾ ਹੋ ਜਾਏਗਾ ਔਰ ਤੁਸੀਂ ਜਦੋਂ ਵੀ ਹੁਣ ਬਾਹਰ ਨਿਕਲਣਾ ਹੈਗਾ ਤਾਂ ਐਕਸਟਰਾ ਪ੍ਰੀਕਾਸ਼ਨਸ ਲੈ ਕੇ ਨਿਕਲਣਾ ਹੈਗਾ ਜੀ ਔਰ ਪ੍ਰੋਗਰਾਮ ਦੇ ਪ੍ਰਾਊਡ ਸਪான்ਸਰ ਕਰਦੇ ਨੇ ਜੀ ਸਾਡੇ ਸਮੋਸਾ ਐਂਡ ਸਵੀਟ ਫੈਕਟਰੀ ਸਮੋਸਾ ਐਂਡ ਸਵੀਟ ਫੈਕਟਰੀ 416 213 11 65 ਵੁੱਡਬੈਂਡ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਸੈਂਟਰ 905 451 1500 416 743 003 ਤੁਸੀਂ ਕੋਈ ਵੀ ਆਪਣੇ ਪ੍ਰੋਗਰਾਮ ਆਰਗੇਨਾਈਜ਼ ਕਰਨੇ ਹੈਗੇ ਨੇ ਤਾਂ ਤੁਸੀਂ ਇੱਕ ਬਹੁਤ ਹੀ ਵਧੀਆ ਆਲੀਸ਼ਾਨ ਡੈਕੋਰੇਟ ਵੁੱਡਬੈਂਡ ਬੈਂਕਟ ਹਾਲ ਨੂੰ ਜ਼ਰੂਰ ਪਹੁੰਚ ਕਰ ਲੈਣੀ ਹੈ 905 451 1500 ਤੇ ਪੰਡਿਤ ਨੰਦਾ ਜੀ ਤੁਸੀਂ ਜੋਤਿਸ਼ ਦੇ ਬਾਰੇ ਕੋਈ ਗੱਲਬਾਤ ਕਰਨੀ ਹੈ ਜਾਂ ਫਿਰ ਤੁਸੀਂ ਵਾਸਤੂ ਚੱਕਰ ਪਵਾਉਣਾ ਹੈਗਾ ਘਰ ਦਾ ਤੇ ਪੰਡਿਤ ਨੰਦਾ ਜੀ ਦੇ ਨਾਲ ਤੁਸੀਂ ਹਮੇਸ਼ਾ رابطہ ਕਰਨਾ 647829607 ਤੇ Zoom Rent Car 416318 4000 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਆ ਕਾਰਾਂ ਔਰ SUV ਤੁਹਾਨੂੰ ਬਹੁਤ ਹੀ ਵਧੀਆ ਵਾਜਿਬ ਰੇਟ ਮੰਥਲੀ ਪ੍ਰਾਈਸ ਸਿਰਫ ਤੇ ਸਿਰਫ 200 ਡਾਲਰ ਤੇ ਤੁਹਾਨੂੰ ਮਿਲ ਸਕਦੇ ਜੀ ਕਾਰ ਔਰ 300 ਡਾਲਰ ਦੇ ਉੱਤੇ ਮਿਲ ਸਕਦੀ ਹੈ ਜੀ ਤੁਹਾਨੂੰ SUV ਤੇ 350 ਡਾਲਰ ਦੇ ਉੱਤੇ ਤੁਹਾਨੂੰ ਮਿਲ ਸਕਦੀ ਹੈ ਜੀ ਡਿਲੀਵਰੀ ਵੈਨ ਤੇ ਜਾਂ ਫਿਰ ਪਿਕਅਪ ਟਰੱਕ ਤੇ ਮੰਥਲੀ ਦੇ ਨਾਲ ਨਾਲ ਵੀਕਲੀ ਪ੍ਰਾਈਸ ਤੁਸੀਂ ਜਿਹੜੇ ਜੀ ਉਹਨਾਂ ਤੋਂ ਡਿਸਕਾਊਂਟਡ ਲੈ ਸਕਦੇ ਹੋ ਜ਼ੂਮ ਰੈਂਟੇ ਕਾਰ 416 318 4000 ਦੇਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਕਈ ਗੱਲਾਂ ਬਾਤਾਂ ਜੀ ਇਸ ਵੇਲੇ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਔਰ ਸਭ ਤੋਂ ਵੱਡੀ ਜਿਹੜੀ ਗੱਲਬਾਤ ਜਿਹੜੀ ਉਹ ਚੱਲ ਰਹੀ ਹੈਗੀ ਆ ਸੀਬਾ ਦੇ ਲੋਨ ਦੀ ਸਾਰੇ ਜਣੇ ਆਪਾਂ ਜਾਣਕਾਰ ਹੈਗੇ ਆ ਕਿ ਜਿਨ੍ਹਾਂ ਦੀਆਂ ਵੀ ਕਾਰਪੋਰੇਟ ਸਿਸ ਗਿਆ ਉਹਨਾਂ ਨੂੰ ਸੀਬਾ ਦਾ ਜਿਹੜਾ ਲੋਨ ਹੈਗਾ ਆ ਉਹ ਮਿਲਿਆ ਹੋਇਆ ਸੀਗਾ ਔਰ ਬਹੁਤਿਆਂ ਕਾਰਪੋਰੇਸ਼ਨਸ ਨੇ ਜਿਹੜਾ ਹੈ ਜੀ ਤਕਰੀਬਨ 60-60 ਹਜ਼ਾਰ ਦਾ ਲੋਨ ਜਿਹੜਾ ਹੈਗਾ ਜੀ ਇਹ ਲਿਆ ਸੀਗਾ ਇਹ ਗੱਲ ਸੀਗੀ ਜਦੋਂ ਕੋਵਿਡ ਦੇ ਦੌਰਾਨ ਕਾਫੀ ਜ਼ਿਆਦਾ ਪਰੇਸ਼ਾਨੀਆਂ ਆਈਆਂ ਤੇ ਕੈਨੇਡਾ ਗਵਰਨਮੈਂਟ ਨੇ ਬਿਜ਼ਨਸmenਸ ਨੂੰ ਕਾਰਪੋਰੇਸ਼ਨਸ ਨੂੰ ਹੈਲਪ ਕਰਨ ਦੇ ਲਈ ਇੱਕ ਜਿਹੜਾ ਹੈਗਾ ਜੀ ਇਹ ਫੰਡ ਰੀਲੀਜ਼ ਕੀਤਾ ਗਿਆ ਸੀਗਾ ਲੋਨ ਰੀਲੀਜ਼ ਕੀਤਾ ਗਿਆ ਸੀਗਾ ਔਰ ਜਿਹਦੀ ਡੈਡਲਾਈਨ ਹੈਗੀ ਆ ਜੀ ਅੱਜ ਦੀ ਔਰ ਪਹਿਲਾ ਜਿਹੜੀ ਇਹ ਜਿਹੇ ਡੈਡਲਾਈਨ ਸੀਗੀ 31 ਦਸੰਬਰ 2023 ਤੱਕ ਤੇ ਫਿਰ 18 ਦਿਨਾਂ ਦੀ ਐਕਸਟੈਂਸ਼ਨ ਜਿਹੜੀ ਹੈ ਜੀ ਉਹ 2023 ਦੇ ਵਿੱਚ ਹੀ ਅਨਾਉਂਸ ਹੋ ਗਈ ਸੀ ਲੇਕਿਨ ਕਾਫੀ ਉਮੀਦ ਸੀ ਕਿ ਦੁਬਾਰਾ ਜਿਹੜੀ ਇਹਦੀ ਐਕਸਟੈਂਸ਼ਨ ਦਿੱਤੀ ਜਾਊਗੀ ਪਰ ਪਿਛਲੇ ਦਿਨੀ ਜਸਟਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਨੇ ਇਹ ਅਨਾਉਂਸ ਕਰ ਦਿੱਤਾ ਕਿ ਅਸੀਂ ਇਸ ਦੇ ਵਿੱਚ ਕੋਈ ਵੀ ਅੱਗੇ ਰਾਹਤ ਨਹੀਂ ਦੇ ਸਕਦੇ ਔਰ ਤੁਹਾਨੂੰ ਸਾਰੇ ਜਿਹੜੇ ਜੇ ਇਹੋ ਪੈਸੇ ਵਾਪਸ ਕਰਨੇ ਪੈਣਗੇ ਤੇ ਨਾਲ ਦੀ ਨਾਲ ਹੁਣ ਇਸ ਵੇਲੇ ਜੀ ਕਈ ਬੈਂਕ ਜਿਹੜੀਆਂ ਹੈਗੇ ਨੇ ਉਹ ਪ੍ਰੀ ਅਪਰੂਵਲ ਲੋਕਾਂ ਨੂੰ ਉਹਨਾਂ ਨੇ ਭੇਜੇ ਹੋਏ ਸੀਗੇ ਔਰ ਕਈ ਇਹਨਾਂ ਨੂੰ ਅ ਅਪਲਾਈ ਕਰਨਾ ਪਿਆ ਤੇ ਹੁਣ ਵੀ ਅਗਰ ਜੇ ਤੁਸੀਂ ਅਪਲਾਈ ਕਰਦੇ ਹੋ ਤੇ ਤੁਹਾਡੀ ਅਪਰੂਵਲ ਦਾ ਰੇਟ ਦੇ ਹਿਸਾਬ ਦੇ ਨਾਲ ਜਾਂ ਫਿਰ ਜੇ ਅਗਰ ਟਾਈਮ ਅੱਜ ਹੋਇਆ ਤੇ ਨਹੀਂ ਤਾਂ ਫਿਰ ਤੁਹਾਨੂੰ 1.5 ਮਹੀਨੇ ਦੀ ਐਕਸਟੈਂਸ਼ਨ ਜਿਹੜੀ ਹੈਗੀ ਆ ਉਹ ਬੈਂਕ ਦੇ ਵੱਲੋਂ ਅਪਲਾਈ ਕਰਨ ਤੋਂ ਬਾਅਦ ਜਿਹੜੀ ਆ ਉਹ ਮਿਲ ਸਕਦੀ ਆ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਆਪਣੀ ਬੈਂਕ ਦੇ ਨਾਲ ਜ਼ਰੂਰ ਰਾਫਤਾ ਕਰ ਲਓ ਜਾਂ ਆਪਣੇ ਸੀਪੀਏ ਸੀਏ ਦੇ ਨਾਲ ਜਿਹੜਾ ਹੈਗਾ ਅਕਾਊਂਟੈਂਟ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਆ ਜੀ ਉਹ ਕਰ ਸਕਦੇ ਆ ਔਰ ਤਕਰੀਬਨ ਇਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਅਗਰ ਤੁਸੀਂ 60000 ਦਾ ਲੋਨ ਜਿਹੜਾ ਲਿਆ ਸਿਕਾ ਤੇ ਅਗਰ ਤੁਸੀਂ ਅੱਜ ਦੀ ਡੈਡਲਾਈਨ ਦੇ ਵਿੱਚ ਪੇ ਕਰ ਦਿੰਨੇ ਹੋ ਤੇ ਤੁਸੀਂ ਸਿਰਫ 40000 ਪੇ ਕਰਨਾ ਤੇ 20000 ਡਾਲਰ ਜਿਹੜਾ ਤੁਸੀਂ ਉਹ ਗਵਰਨਮੈਂਟ ਤੁਹਾਨੂੰ ਅਲਾਉਂਸ ਦੇ ਰਹੀ ਹੈਗੀ ਆ ਔਰ ਆਪਾਂ ਨੂੰ ਪਤਾ ਕਿ ਕਈਆਂ ਨੂੰ ਜਿਹੜਾ ਜੀ ਸੀਬਾ ਲੋਨ ਇਹਨੂੰ ਕਹਿੰਦੇ ਆ ਔਰ ਉਸ ਤੋਂ ਬਾਅਦ ਦੋ ਦੋ ਹਜ਼ਾਰ ਡਾਲਰ ਜਿਹੜਾ ਜੀ ਉਹ ਵੀ ਮਿਲਿਆ ਸੀਗਾ ਤੇ ਯਾਰ ਉਹ ਤਾਂ ਵਾਪਸ ਨਹੀਂ ਮੰਗਿਆ ਗਿਆ ਲੇਕਿਨ ਸਿਬਾ ਲੋਨ ਜਿਹੜਾ ਹੈਗਾ ਜੀ ਇਹ ਰਾਉਂਡ ਆਫ 60000 ਦੇ ਆਸ-ਪਾਸ ਸਾਰੀਆਂ ਕਾਰਪੋਰੇਸ਼ਨਸ ਨੂੰ ਮਿਲਿਆ ਸੀਗਾ ਤੇ ਉਹਨਾਂ ਨੂੰ ਹੁਣ ਉਹ ਵਾਪਸ ਕਰਨ ਦੀ ਜਿਹੜੀ ਜੀ ਡੈਡਲਾਈਨ ਹੈਗੀ ਆ ਤੇ ਇਕਨੋਮਿਸਟ ਦਾ ਕਹਿਣਾ ਹੈਗਾ ਕਿ ਕੈਨੇਡੀਅਨ ਜਿਹੜੇ ਐਸ ਵੇਲੇ ਨੇ ਵੈਸੇ ਕਾਫੀ ਜ਼ਿਆਦਾ ਕਿਉਂਕਿ 2023 ਦੀ ਗੱਲ ਕਰੀਏ ਬਹੁਤ ਜ਼ਿਆਦਾ ਮੰਦੀ ਵਾਲਾ ਗਿਆ ਔਰ ਬਿਜ਼ਨਸ ਜਿਹੜੇ ਜੀ ਕਾਫੀ ਜ਼ਿਆਦਾ ਸਲੋ ਸੀਗੇ ਔਰ ਸਪੈਸ਼ਲੀ ਜਿਹੜੀ ਸਾਡੀ ਕਮਿਊਨਿਟੀ ਦੀ ਆਪਾਂ ਕਹਿ ਸਕਦੇ ਹਾਂ ਗੱਲ ਵੀ ਟਰਕਿੰਗ ਇੰਡਸਟਰੀ ਦਾ ਐਸ ਵੇਲੇ ਬਹੁਤ ਜ਼ਿਆਦਾ ਕਮਜ਼ੋਰ ਔਰ ਕਹਿ ਸਕਦੇ ਆ ਕਿ ਲੋ ਜਿਹੜਾ ਬਿਜ਼ਨਸ ਚੱਲਦੇ ਪਏ ਨੇ ਉਹ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਨੇ ਜੀ ਸਾਡੀ ਟਰਕਿੰਗ ਇੰਡਸਟਰੀ ਤੇ ਐਸ ਵੇਲੇ ਜਦੋਂ ਫਿਰ ਜਿਹੜਾ ਉਹ ਲੋਨ ਮਿਲਿਆ ਸੀਗਾ ਦੁਬਾਰਾ ਜਦੋਂ ਮੋੜਨਾ ਪੈ ਰਿਹਾ ਤੇ ਇਹ ਮੈਨੂੰ ਲੱਗਦਾ ਕਿ ਦੋਰੀ ਮਾਰ ਜਿਹੜੀ ਹੈਗੀ ਜੀ ਉਹ ਪੈ ਰਹੀ ਆ ਸੋ ਇਸ ਕਰਕੇ ਲੇਕਿਨ ਰੇਸ਼ੋ ਵੀ ਜਿਹੜੀ ਹੈ ਜੀ ਇਸ ਵੇਲੇ ਪੂਰੀ ਵਧੀਆ ਨਹੀਂ ਆ ਰਹੀ ਕਿਉਂਕਿ ਜੇ ਆਪਾਂ ਗੱਲ ਕਰੀਏ ਤੇ ਕਈ ਲੋਕ ਇਹ ਗੱਲ ਸੋਚ ਰਹੇ ਨੇ ਕਿ ਕਾਰਪੋਰੇਸ਼ਨਸ ਨੂੰ ਅਗਰ ਜੇ ਬੰਦ ਕਰ ਦਿੱਤਾ ਜਾਵੇ ਤੇ ਇਹ ਲੋਨ ਜਿਹੜਾ ਹੈਗਾ ਆ ਉਹ ਰੁਕ ਸਕਦਾ ਜਾਂ ਆਪਾਂ ਨੂੰ ਨਹੀਂ ਪੇ ਕਰਨਾ ਪਊਗਾ ਪਰ ਕਈ ਤਰ੍ਹਾਂ ਦੇ ਜੀ ਇਹਦੇ ਵਿੱਚ ਕਿਆਸਰਾਈਆਂ ਲਗਾਈਆਂ ਜਾਣ ਜਾ ਰਹੀਆਂ ਨੇ ਲੇਕਿਨ ਇਹ ਹਮੇਸ਼ਾ ਪਹਿਹੀ ਗੱਲ ਕਰਦੇ ਆ ਕਿ ਤੁਸੀਂ ਆਪਣੇ ਜਿਹੜੀ ਪ੍ਰੋਫੈਸ਼ਨਲਸ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਜੋ ਵੀ ਕਦਮ ਹੈਗੇ ਨੇ ਉਹਨਾਂ ਨੂੰ ਤੁਸੀਂ ਚੱਕਣਾ ਹੈਗਾ ਤੇ ਇਹਦੇ ਬਾਬਤ ਕੋਈ ਗੱਲਬਾਤ ਕਰਨੀ ਹੈਗੀ ਆ ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਗੱਲ ਕਰ ਸਕਦੇ ਹੋ 9057990999 ਦੇ ਉੱਤੇ ਤੁਸੀਂ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਅਸੀਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੈਗੇ ਆ ਵਤਨੋਂ ਦੂਰ ਦਾ ਸਾਡਾ ਇੰਸਟਾਗ੍ਰam ਪੇਜ ਹੈਗਾ Uh, w A T N O D U R ਔਰ ਵਤਨੋਂ ਦੂਰ ਨੂੰ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਸਾਨੂੰ ਲਾਈਵ ਦੇਖ ਸਕਦੇ ਹੋ ਜੀ ਸਾਡੇ ਇੰਸਟਾਗ੍ਰam ਪੇਜ ਦੇ ਉੱਤੇ ਤੇ ਆਪਾਂ ਗੱਲਬਾਤ ਕਰਦੇ ਹਾਂ ਸੁਖੀ ਭਾਈ ਜੀ ਨਾਲ ਭਾਜੀ ਦੇਖੋ ਵੀ ਇਸ ਵੇਲੇ ਮਾਹੌਲ ਜੋ ਬਾਹਰ ਚੱਲ ਰਿਹਾ 2022 2023 ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜੀਆਂ ਜੀ ਜੌਬਾਂ ਵੀ ਕੁਇਟ ਹੋਈਆਂ ਮਾਰਕੀਟ ਸਲੋ ਵੀ ਹੈਗੀ ਹੈ ਤੇ ਹੁਣ ਫਿਰ ਦੁਬਾਰਾ ਜਿਹੜਾ ਲੋਕਾਂ ਨੂੰ ਇਸ ਵੇਲੇ ਜਿਹੜਾ ਇਹ ਡੈਡਲਾਈਨ ਨੂੰ ਮੈਚ ਕਰਨਾ ਪੈ ਰਿਹਾ ਜੀ ਬਿਲਕੁਲ ਕਿਉਂਕਿ ਜਦੋਂ ਦੇ ਕੱਲ ਪਰਸੋਂ ਦੇ ਆਪਾਂ ਸਾਰੇ ਲੋਕਾਂ ਨੂੰ ਮਿਲਦੇ ਆ ਜਾਂ ਗੱਲਬਾਤ ਕਰਦੇ ਆ ਤੇ ਲੋਕ ਜਿਹੜੇ ਇੱਕ ਤਰ੍ਹਾਂ ਦਾ ਸਾਹ ਹੀ ਲੈ ਰਹੇ ਆ ਬਸ ਮਲ ਹਰ ਹਰ ਬੰਦੇ ਨੂੰ ਆਸ ਆ ਕਿ ਵਸ ਕੋਈ ਨੀ ਠੀਕ ਹੋ ਜਾਊਗਾ ਹੁਣ ਠੀਕ ਹੋ ਜਾਊਗਾ ਹੁਣ ਠੀਕ ਹੋ ਜਾਊਗਾ ਤੇ ਆਪਾਂ ਤੇ ਹੀ ਅਰਦਾਸ ਕਰਦੇ ਕਿ ਜਰੂਰ ਠੀਕ ਹੋਣਾ ਚਾਹੀਦਾ ਕਿਉਂਕਿ ਜਦੋਂ ਪੈਸੇ ਆਏ ਸੀ ਸਾਰਿਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਈਆਂ ਨੂੰ ਤਾਂ ਉਸ ਬਿਜ਼ਨਸ ਨੂੰ ਰਨ ਕਰਨ ਦੇ ਲਈ ਜ਼ਰੂਰਤ ਸੀਗੀ ਉਹਨਾਂ ਨੇ ਉੱਥੇ ਵਰਤ ਲੈ ਕਿਸੇ ਨੇ ਹੋਰ ਤਾਂ ਟੰਗ ਨਾ ਵਰਤ ਲੈ ਕਿਸੇ ਤੋਂ ਕਹਿੰਦੇ ਹੁੰਦੇ ਨਾ ਕਿ ਚੀਜ਼ ਲੈਣੀ ਬੜੀ ਸੌਖੀ ਜਦੋਂ ਮੋੜਨ ਵੇਲੇ ਫਿਰ ਤਾਂ ਬੰਦਾ ਕਹਿੰਦਾ ਨਾ ਇਹ ਬੜੀ ਪੁਰਾਣੀ ਕਹਾਵਤ ਹੈ ਸਿਆਣਿਆਂ ਦੀ ਕਿ ਜੇ ਕਿਸੇ ਦੇ ਨਾਲ ਲੜਾਈ ਪਾਉਣੀ ਹੋਵੇ ਜਾਂ ਆਪਣਾ ਰਿਲੇਸ਼ਨ ਖਰਾਬ ਕਰਨਾ ਹੋਵੇ ਉਹਨੂੰ ਪੈਸੇ ਆਧਾਰੇ ਦੇ ਦੋ ਦੇ ਦੋ ਸਹੀ ਗੱਲ ਹੈ ਕਿਉਂਕਿ ਵਾਪਸ ਫਿਰ ਦੇਣੇ ਔਖੇ ਹੋ ਜਾਂਦੇ ਆ ਤੇ ਇਸੇ ਤਰ੍ਹਾਂ ਮੇਰੇ ਖਿਆਲ ਹੁਣ ਕੈਨੇਡਾ ਸਰਕਾਰ ਦੇ ਨਾਲ ਵੀ ਹੋ ਰਿਹਾ ਉਹਨਾਂ ਨੇ ਜੇ ਦਿੱਤੇ ਸੀ ਤੇ ਹੁਣ ਮੰਗ ਵੀ ਉਹਨਾਂ ਹਾਲਾਤਾਂ 'ਚ ਰਹੇ ਆ ਜਿਹੜੇ ਕਿ ਜਦੋਂ ਇਸ ਟਾਈਮ ਲੋਕੀ ਨੈਣ ਕਹਿੰਦੇ ਉਹਦੇ ਨੱਕ ਨੱਕ ਭਰੇ ਪਏ ਆ ਕਰਜ਼ੇ 'ਚ ਔਰ ਮਾਰਗੇਜਾਂ ਡਬਲ ਹੋਈਆਂ ਆ ਔਰ ਲੋਕਾਂ ਨੂੰ ਇਹ ਚੰਨ ਪਤਾ ਕਿ ਰੈਂਟ ਵੀ ਕਿੰਨੇ ਵੱਧ ਗਿਆ ਸਾਰਾ ਕੁਝ ਇਸ ਟਾਈਮ ਹਾਰਡ ਹੈ ਔਰ ਉਹਨਾਂ ਟਾਈਮਾਂ ਦੇ ਵਿੱਚ ਸਰਕਾਰ ਜਿਹੜੀ ਵਾਪਸ ਮੰਗ ਰਹੀ ਹੈ ਹੁਣ ਇਹਦੇ ਕੀ ਹੋਊਗਾ ਇਹ ਸਰਕਾਰ ਨੂੰ ਪਤਾ ਹੋਊਗਾ ਜਾਂ ਆਪਾਂ ਵੀ ਜਿਹੜੇ ਕੋਈ ਹੋਰ ਮਾਹਰ ਆਪਣੇ ਰੇਡੀਓ ਪ੍ਰੋਗਰਾਮ ਨੂੰ ਸੁਣ ਰਹੇ ਆ ਜਿਨ੍ਹਾਂ ਦਾ ਇਹ ਫੀਲਡ ਹੈਗਾ ਕੀਤਾ ਹੈਗਾ ਅਗਰ ਉਹ ਆਪਣੇ ਵਿਚਾਰ ਦੇਣੇ ਚਾਹਣ ਤੇ 905799099 ਤੇ ਦੇ ਸਕਦੇ ਆ ਤੇ ਅੱਜ ਵੀ ਮੈਂ ਵੀ ਸਵੇਰੇ ਇੱਕ ਦੋ ਮੈਂਬਰ ਆਫ ਪਾਰਲੀਮੈਂਟ ਦੇ ਨਾਲ ਫੋਨ ਤੇ ਗੱਲ ਕੀਤੀ ਜੀ ਔਰ ਉਹ ਫਿਰ ਨੂੰ ਪਤਾ ਕਿ ਅੱਜਕੱਲ ਪਾਵੇਂ ਜੋ ਮਰਜੀ ਆ ਪਾਵੇਂ ਪੋਲਿਟਿਸ਼ੀਅਨ ਕੈਨੇਡਾ ਦਾ ਹੋਵੇ ਪਾਵੇਂ ਭਾਰਤ ਦਾ ਹੋਵੇ ਤੇ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਹੁੰਦਾ ਜੀ ਸਾਡੀ ਤਾਂ ਜੀ ਕਾਨਫਰੰਸ ਸ਼ੁਰੂ ਹੋ ਰਹੀ ਆ ਅਸੀਂ ਅੱਜ ਨਹੀਂ ਕਰ ਸਕਦੇ ਜਦੋਂ ਫ੍ਰੀ ਹੁੰਨੇ ਆ ਅਸੀਂ ਤੁਹਾਨੂੰ ਜ਼ਰੂਰ ਕਾਲ ਕਰਾਂਗੇ ਸਾਡੀ ਬਹੁਤ ਅਰਜੰਟ ਕਾਨਫਰੰਸ ਹੈ ਅਸੀਂ ਕਾਫੀ ਜਿਹੜੇ ਹੈਗੇ ਆ ਪ੍ਰੋਜੈਕਟ ਲੈ ਕੇ ਆ ਰਹੇ ਆ ਤੁਹਾਡੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਉੱਤੇ ਲੱਗੇ ਹੋਏ ਆ ਫਿਰ ਪਲੱਸ ਮੇਰਾ ਇੱਕ ਐਮਪੀ ਸਾਹਿਬ ਨੇ ਫੋਨ ਚੁੱਕਿਆ ਵੀ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਕਿ ਜਿਹੜਾ ਚਲੋ ਉਹ ਤਾਂ ਠੀਕ ਆ ਪਰ ਜਿਹੜਾ ਇਸ ਟਾਈਮ ਕੈਨੇਡਾ ਦੇ ਵਿੱਚ ਸ਼ਰੀਆਮ ਕਿਸੇ ਨਾ ਕਿਸੇ ਦੇ ਘਰ ਜਾ ਕੇ ਅਗਲੇ ਦਿਨ ਨਾਲੇ ਤੱਕਾ ਮੁਕੀ ਕਰਨਾ ਨਾਲੇ ਅਗਲੇ ਸਮਾਨ ਖੋਲਣਾ ਇਹ ਤੇ ਪੁਲਿਸ ਕੀ ਕਰ ਰਹੀ ਆ ਜਾਂ ਕਿੰਨੀ ਸਖਤ ਹੈ ਤੇ ਮੇਰੇ ਜਲੂਨ ਨੇ ਦੱਸਿਆ ਵੀ ਕਿ ਪਿਛਲੇ ਦਿਨੀ 4 ਜਨਵਰੀ ਨੂੰ ਕੋਈ ਇੱਕ ਲਾ ਜਿਹੜਾ ਚੇਂਜ ਹੋਇਆ ਜੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਹੁਣ ਸਖਤੀ ਨਾਲ ਜਿਹੜਾ ਹੋਊਗਾ ਕਿ ਜੇਕਰ ਉਹ ਬੰਦਾ ਇਸ ਤਰੀਕੇ ਨਾਲ ਕੋਈ ਫਸਦਾ ਤੇ ਉਹਦੀ ਵੇਲ ਹੋਣੀ ਜਿਹੜੀ ਬਹੁਤ ਔਖੀ ਹੋਊਗੀ ਬਾਕੀ ਜੇ ਵੀ ਕਿਸੇ ਨੂੰ ਹੋਰ ਪਤਾ ਤੇ 905799099 ਤੇ ਗੱਲ ਕਰ ਸਕਦੇ ਆ ਔਰ ਦੇਖਦੇ ਸਾਡੇ ਕਾਲਰ ਕੋਈ ਜੁੜੇ ਵੀ ਆ ਜੀ ਕਾਲਰ ਸਵਾਗਤ ਆਪ ਜੀ ਦਾ ਵਤਨ ਦੂਰ ਦੇ ਉੱਪਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਲਤਾਨੀ ਸਾਹਿਬ ਕੀ ਹਾਲ ਚਾਲ ਮੇਰੇ ਵੀਰ ਬੜੀ ਉਹਨੇ ਮੇਰਾ ਵੀਰ ਬਹੁਤ ਬਹਿਜਾ ਬਹਿਜਾ ਕਰਾਈ ਜਾ ਰਹੇ ਨੇ। ਕੀ ਬਾਤ ਹੈ। ਉਹ ਠੰਢੀ ਇੰਨੀ ਹੈ ਬੰਦਾ ਮੱਲੋ ਮੱਲੀ ਬਹਿ ਜਾਂਦਾ। ਬਿਲਕੁਲ ਸਹੀ ਗੱਲ ਸੁਖੀ ਬਾਜੀ ਤੇ ਵਧੀਆ ਗੱਲ ਲੱਗੀ ਏ। ਸੁਖੀ ਬਾਜੀ ਜਦ ਤੁਸੀਂ ਉਹ ਲੋਨ ਦੀ ਗੱਲ ਕਰ ਰਹੀ ਸੀ, ਸੀਦਾ ਲੋਨ ਦੀ ਗੱਲ ਕਰ ਰਹੀ ਸੀ ਨਾ। ਹਾਂਜੀ। ਜੀ ਜੀ ਜੀ। ਹਾਂਜੀ। ਤੇ ਪਾਜੀ ਉਹ ਉਦੋਂ ਤੇ ਸਾਰਿਆਂ ਨੇ ਲਿਆ ਪੇ ਕਰਨਾ ਚਾਹੀਦਾ। ਹਮ। ਆਪਾਂ ਵੀ ਲਿਆ ਸੀ, ਆਪਾਂ ਵੀ ਪੇ ਕੀਤਾ। ਜੀ ਬਿਲਕੁਲ ਔਰ ਪਰ ਹਾਂਜੀ ਬਾਕੀ ਦਾ ਸਿਕਿਉਰ ਨਹੀਂ ਉਹਦੇ ਵਾਸਤੇ ਕਿਉਂਕਿ ਤੁਹਾਨੂੰ ਵੀ 80 ਡਾਲਰ ਸਿੱਧਾ ਮੁਨਾਫਾ ਹੋ ਰਿਹਾ ਜਿਸ ਟਾਈਮ ਤੁਸੀਂ ਪੇ ਕਰਦੇ ਹੋ ਹਾਂਜੀ ਪਰ ਆਪ ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਜੀ ਪਰ ਬਹੁਤ ਸਾਰੇ ਲੋਕ ਹੈ ਜਿਹੜੇ ਜਿਨ੍ਹਾਂ ਦੇ ਹੁਣ ਕੰਮ ਹੀ ਨਹੀਂ ਚੱਲ ਰਿਹਾ ਜਿਵੇਂ ਕਾਪਾ ਜੀ ਸਾਡਾ ਸੀ ਕੋੜਾ ਵਿంటర్ ਚ ਕਰਦੇ ਆ ਕੰਮ ਤੇ ਸਾਰਿਆਂ ਦਾ ਸਲੋ ਹੈ ਇਹ ਤੇ ਗੱਲ ਬਿਲਕੁਲ ਸਹੀ ਤੁਹਾਡੀ ਮੈਂ ਐਗਰੀ ਹਾਂ ਇਸ ਗੱਲ ਨਾਲ ਪਰ ਆਪਾਂ ਉਹ ਨੂੰ ਲਿਆ ਸੀਗਾ ਇਹ ਇਹ ਚੀਜ਼ ਨੂੰ ਮੋੜਦਾ ਨਹੀਂ ਇਹ ਮੰਗ ਇਹ ਕੀਤੀ ਜਾ ਰਹੀ ਸੀਗੀ ਕਿ ਚਲੋ ਜੇ ਥੋੜੀ ਜੀ ਐਕਸਟੈਂਸ਼ਨ ਜਿਹੜੀ 6 ਮਹੀਨੇ ਸਾਲ ਦੀ ਹੋਰ ਮਿਲ ਜਾਂਦੀ ਥੋੜਾ ਜਿਹਾ ਉਹਦੇ ਨਾਲ ਲੋਕਾਂ ਨੂੰ ਰਹਿਣਾ ਪਾਜੀ ਹਾਂਜੀ ਇਹੀ ਹਾਲ ਲੈਣਾ ਮੈਂ ਤੁਹਾਨੂੰ ਸੱਚੀ ਗਰੰਟੀ ਕਰ ਦਿੰਦਾ ਇਸ ਗੱਲ ਦੀ ਅੱਛਾ ਜੀ ਜਿਹਨੇ ਬੇ ਕਰਨੇ ਉਹਨੇ ਅੱਜ ਵੀ ਕਰ ਦਿੰਨੇ ਨੇ ਜਿਹਨੇ ਨਹੀਂ ਕਰਨੇ 6 ਮਹੀਨੇ ਬਾਅਦ ਵੀ ਉਹਨੇ ਕਹਿੰਦਾ ਮੈਂ ਅੱਗੇ ਲੋਨ ਲੈ ਕੇ ਬੇ ਕਰਾਵਾਂ ਸੋ ਤੁਹਾਨੂੰ ਲੱਗਦਾ ਕਿ ਕੈਨੇਡਾ ਦੀ ਇਕਨੋਮੀ ਇਦਾਂ ਹੀ ਸਲੋਈ ਚੱਲੂਗੀ ਜੀ ਹੁਣ ਅਗਲੇ 2-4 ਸਾਲ ਇਹ ਕਿਹਨੂੰ ਲੱਭ ਨੂੰ ਪਤਾ ਹੈ ਇਹ ਸਰਕਾਰਾਂ ਨੂੰ ਪਤਾ ਜੀ ਇਹ ਸਰਕਾਰਾਂ ਨੂੰ ਪਤਾ ਹੈ ਅਜੇ ਤੱਕ ਤੇ ਸਲੋਈ ਹੈ ਅਜੇ ਤੱਕ ਤੇ ਬਹੁਤ ਸਲੋ ਹੈ 24 ਵਾਲਾ ਸਾਲ ਵੀ ਅਗਲਾ ਸਲੋਈ ਹੈ ਰੀਅਲ ਸਟੇਟ ਦਾ ਰੀਅਲ ਸਟੇਟ ਦਾ ਹਰ ਇੱਕ ਚੀਜ਼ ਦਾ ਹੀ ਮਾੜਾ ਹਾਲ ਹੈ ਜੀ ਇਹਦੇ ਸੁੱਖੀ ਭਾਜੀ ਜਿਆਦਾ ਵਧ ਰਿਹਾ ਪਾ ਰਹੇ ਰੀਅਲ ਏਸਟੇਟ ਦੇ ਵਿੱਚ ਨੇ ਅਸੀਂ ਇਸ ਗੱਲ ਨੂੰ ਦੇਖਦੇ ਹੁੰਨੇ ਆ ਚਲੋ ਰੀਅਲ ਏਸਟੇਟ ਤਾਂ ਫਿਰ ਵੀ ਜਾ ਕੇ ਦੂਜੇ ਤੀਜੇ ਨੰਬਰ ਤੇ ਆਉਂਦੀ ਆ ਸਭ ਤੋਂ ਪਹਿਲਾਂ ਇੰਪੋਰਟੈਂਟ ਜਿਹੜੀ ਚੀਜ਼ ਹੈ ਸਾਡੀ ਟਰਕਿੰਗ ਇੰਡਸਟਰੀ ਹੈ ਜਦ ਤੱਕ ਕਹਿੰਦੇ ਚੱਕਾ ਨਹੀਂ ਚੱਲਦਾ ਨਾ ਉਦੋਂ ਤੱਕ ਇਕਨੋਮੀ ਜਿਹੜੀ ਹੈਗੀ ਆ ਉਹ ਆਪਣੀਆਂ ਲੀਹਾਂ ਤੇ ਨਹੀਂ ਆ ਸਕਦੀ ਸੋ ਉਮੀਦ ਕਰਦੇ ਆ ਕਿ ਜਲਦੀ ਜਿਹੜੀ ਹੈਗੀ ਆ ਟਰਾਂਸਪੋਰਟੇਸ਼ਨ ਦੇ ਵਿੱਚ ਹਰਕਤਾਂ ਆਉਣੀਆਂ ਸ਼ੁਰੂ ਹੋਣ ਤੇ ਉਮੀਦ ਦੇ ਉੱਤੇ ਦੁਨੀਆ ਕਾਇਮ ਹੈਗੀ ਆ ਬਿਲਕੁਲ ਬਿਲਕੁਲ ਸਹੀ ਆਹੀ ਵੀ ਇਹੀ ਸਰ ਜੀ ਆਪਾਂ ਵੀ ਇਹੀ ਚਾਹਦੇ ਆ ਅਸੀਂ ਵੀ ਇਹ ਚੀਜ਼ਾਂ ਦੇ ਵਿੱਚ ਫਸੇ ਹੋਏ ਆ ਜੀ ਕੌਨਮੀ ਜ਼ਿਆਦਾ ਬੈਟਰ ਹੋਵੇ ਤੇ ਜ਼ਿਆਦਾ ਵਧੀਆ ਹੋਵੇ ਆਪਾਂ ਚਲੋ ਸੀਬਾ ਲੌਂਡੀ ਉਹਦਾ ਗੱਲ ਕਰ ਰਹੀ ਠੀਕ ਹੈ ਕਈਆਂ ਦੇ ਕੋਲ ਹੈ ਤੇ ਔਖਾ ਕਈਆਂ ਨੂੰ ਪੇ ਕਰਨਾ ਪਰ ਮੇਰਾ ਮਤਲਬ ਕਹਿੰਦਾ ਇਹ ਵੀ ਆਪਾਂ ਨੂੰ ਪੇ ਕਰਨਾ ਚਾਹੀਦਾ ਕਿਉਂਕਿ ਆਪਾਂ ਲਿਆ ਹਾਂ ਬਿਲਕੁਲ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਇਹਹੀ ਮੇਰਾ ਇਹੀ ਮੰਨਣਾ ਤੇ ਬਾਕੀ ਅੱਗੇ ਸੁਣਵਿਆ ਸਰੋਤਿਆਂ ਵਾਲਾ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ ਜੀ ਔਰ ਪ੍ਰੋਗਰਾਮ ਦਾ ਹਿੱਸਾ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ ਜਿਹੜਾ ਕਿ ਤਿੰਨ-ਚਾਰ ਲੋਕੇਸ਼ਨਾਂ ਨੇ ਹੁਣ ਸਮੋਸਾ ਸਵੀਟ ਫੈਕਟਰੀ ਦੀਆਂ ਤੁਹਾਡੇ ਲਈ ਔਰ ਬਹੁਤ ਵਧੀਆ ਖਾਣਾ ਹੁੰਦਾ ਹੈ 416 213 11 65 ਤੇ ਕਾਲ ਕਰ ਸਕਦੇ ਹੋ ਇਸ ਦੇ ਨਾਲ ਨਾਲ ਬੁਡ ਵਾਈਨ ਬੈਂਕੋਟਹਾਲ ਤੇ ਕਨਵੈਨਸ਼ਨ ਸੈਂਟਰ ਤੇ ਨਾਲ ਦੀ ਨਾਲ ਡ੍ਰੀਮ ਕਨਵੈਨਸ਼ਨ ਸੈਂਟਰ ਦੋਨਾਂ ਬੈਂਕੋਟਹਾਲਾਂ ਦੀ ਮੈਨੇਜਮੈਂਟ ਇੱਕ ਹੀ ਮੈਨੇਜਮੈਂਟ ਹੈ ਆਉਣ ਵਾਲੇ ਦਿਨਾਂ 'ਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ ਵਿਆਹ ਸ਼ਾਦੀ ਦਾ ਤੇ ਇਨਰਨੀ ਅਸਵਾਲ ਲੈ ਸਕਦੇ ਹੋ 4167430003 ਅਤੇ ਪਰਮਿੰਦਰ ਮੰਗਟ ਸਾਹਿਬ ਜਿਹੜੇ ਕਿ ਮਾਰਗੇਜ ਸਪੈਸ਼ਲਿਸਟ ਨੇ ਪਲੱਸ ਬਲੂ ਰੋਜ਼ ਰੀਅਲਟੀ ਦੇ ਵੀ ਆਨਰ ਨੇ اور ਉਹਨਾਂ ਕੋਲੋਂ ਤੁਸੀਂ ਮਾਰਗੇਜ ਸੰਬੰਧੀ ਜਾਂ ਇਵਨ ਸੀਬਾ ਲੋਨ ਸੰਬੰਧੀ ਵੀ ਤੁਹਾਡੀ ਨੂੰ ਸਲਾਹ مشورہ ਦੇ ਸਕਦੇ ਨੇ 6472859119 ਦੇ ਉੱਤੇ ਤੇ ਪੀਜ਼ਾ ਡੀਪੋ ਦੀਆਂ ਕਾਫੀ ਲੋਕੇਸ਼ਨਾਂ ਤੁਹਾਡੇ ਆਸ-ਪਾਸ ਨੇ 9057929711 ਤੇ ਕਾਲ ਕਰ ਸਕਦੇ ਹੋ ਜੀ ਬਿਲਕੁਲ ਹੋਰ ਸਦਨਾਲ ਇੱਕ ਸਾਡੇ ਕੋਲਰ ਵੀ ਜੁੜੇ ਨੇ ਜੀ ਸਵਾਗਤ ਆਪ ਜੀ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਦੋਨੋਂ ਭਰਾਵਾਂ ਨੂੰ ਵੀ ਸਾਰੇ ਤੁੰਡ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਪਰੇਵਾਲ ਸਾਹਿਬ ਜੀ ਹਾਲ ਚਾਲਾ ਜੀ ਬਸ ਵਧੀਆ ਜੀ ਵਧੀਆ ਤੁਸੀਂ ਸੁਣਾਓ ਮਲਤਾਨੀ ਜੀ ਆਪ ਦੀ ਗੱਲ ਥੋਣੀ ਆ ਹਾਂਜੀ ਉਹਨਾਂ ਦੀ ਗੱਲ ਉਦਾਂ ਜੈਜਵਾਜੀ ਉਹ ਕਹਿੰਦੇ ਜੇ ਲਿਆ ਉਹਨੂੰ ਪੇ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਆਪਾਂ ਤਾਂ ਚਲੋ ਨਹੀਂ ਲਿਆ ਮੇਰੀ ਕਾਫਗਲਾ ਮੈਂ ਤਾਂ ਕਰੋਨਾ ਦੀ ਵੀ ਕੰਮ ਕਰਦਾ ਰਿਹਾ ਜੀ ਤੇ ਹੁਣ ਤਾਂ ਚਲੋ ਬੈਠ ਰਸਵੇਂ ਮੈਂ ਜੀ ਤੇ ਜਿੱਦਾਂ ਮਲਤਾਨੀ ਸਾਹਿਬ ਕਹਿ ਕੇ ਗਏ ਆ ਬਈ ਪੇ ਤਾਂ ਕਰਨਾ ਹੀ ਪੈਣਾ ਅੱਜ ਕਰ ਦਿਓ ਕੱਲੂ ਕਰ ਦਿਓ ਜਾਂ ਪਰਸ ਨੂੰ ਕਰ ਦਿਓ हां जी हां जी हां जी डॉक्टर साहब ਤੁਹਾਨੂੰ ਕੀ ਲੱਗਦਾ ਭਈ ਜੇ ਪਹਿਲਾਂ ਪਹਿਲਾਂ ਪੇ ਕਰ ਦੇਣ ਤਾਂ ਵਧੀਆ ਨਾ ਰਹੂਗਾ ਜੀ ਬਿਲਕੁਲ ਔਰ ਦੇਖੋ ਜੀ ਅਗਰ ਡਿਊ ਡੇਟ ਤੋਂ ਪਹਿਲਾਂ ਜਿਹੜੀ ਹੈਗੀ ਚੀਜ਼ ਪੇ ਕਰ ਦੇਣੀ ਬਣਦੀ ਹੈਗੀ ਆ ਕਿਉਂਕਿ ਗਵਰਨਮੈਂਟ ਦਾ ਹੁਣ ਕਹਿ ਦਿੱਤਾ ਜੀ ਉਹਨਾਂ ਨੇ ਕਿ ਭਈ ਅਸੀਂ ਐਕਸਟੈਂਸ਼ਨ ਜਿਹੜੀ ਹੈਗੀ ਆ ਦੇਣੀ ਨਹੀਂ ਆ ਤੇ ਫਿਰ ਹੁਣ ਦੇ ਕੇ ਗੱਲ ਬਣਨੀ ਹੈਗੀ ਆ ਨਹੀਂ ਤਾਂ ਫਿਰ ਹੁਣ ਆਪਾਂ ਜੇ ਆਪਾਂ ਨਹੀਂ ਪੇ ਕਰਾਂਗੇ ਤਾਂ ਪੂਰੇ ਦਾ ਪੂਰਾ 60000 ਪੇ ਕਰਨਾ ਪਊਗਾ ਤੇ ਨਾਲ ਵਿਆਜ ਵੀ ਜਿਹੜਾ 5% ਉਹ ਵੀ ਦੇਣਾ ਪਊਗਾ ਮੈਂ ਉਹੀ ਦੱਸਤਾ ਜੀ ਇੱਥੇ ਜਵਾਬਾਂ ਦੀ ਮੰਦੀ ਹਾਲਤ ਆ ਤੇ ਜਿੰਨੇ ਜਿੰਨੇ ਲਿਆ ਉਹਨਾਂ ਨੂੰ ਕੇ ਕਰ ਦੇਣਾ ਚਾਹੀਦਾ ਜੀ। ਇਹੀ ਮੇਰੀ ਮੇਰੀ ਤਾਂ ਹੀ ਐਡਵਾਈਸ ਹੋ ਗਈ। ਤੇ ਬਾਕੀ ਤੁਸੀਂ ਸਭ ਤੋਂ ਜ਼ਿਆਦਾ ਸਮਝਦਾਰ ਬੈਟਿਆ। ਨਹੀਂ ਜੀ ਆਪਾਂ ਤਾਂ ਇਹ ਜੇ ਦਾ ਲਖਵਿੰਦਰ ਸਾਹਿਬ ਉਹ ਨਹੀਂ ਚੱਕ ਕੇ ਗਏ ਆ ਅਜਿੰਦਰ ਸਾਹਿਬ ਉਹਨਾਂ ਦਾ ਮੈਂ ਸੁਣਦਾ ਰਹਿੰਦਾ ਜੀ। ਹਾਂ ਬਹੁਤ ਵਧੀਆ ਬੰਦੇ ਆ। ਜੀ 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 ਜੀ। ਇਹ ਆ ਪੇ ਕਰ ਦੇਣਾ ਚਾਹੀਦਾ ਜੀ ਉਹਦੇ ਫਾਇਦਾ ਜਾਂ 20000 ਦਾ ਕੀ ਕਹਿੰਦੇ ਹੁੰਦੇ ਉਹ ਆਪਣਾ ਬਚਦਾ ਹੀ ਆ। ਇਹ ਮਸਲਾ ਇਹੀ ਹੈ ਜੀ ਮਸਲਾ ਮਸਲਾ ਇਹ ਹੈ ਕਿ ਜਿਹੜੀ ਇਸ ਵੇਲੇ ਜੋ ਕੈਨੇਡਾ ਦੇ ਵਿੱਚ ਚੱਲ ਰਿਹਾ ਆ ਜਵੇਂ ਮੰਦੀ ਚੱਲ ਰਹੀ ਹੈਗੀ ਆ ਉਹ ਥੋੜੀ ਜੀ ਲੋਕਾਂ ਨੂੰ ਪਰੇਸ਼ਾਨੀ ਦਾ ਸਬਬ ਬਣਿਆ ਕਿਉਂਕਿ ਬਿਜ਼ਨਸ ਚਾਹੇ ਉਹ ਟਰਾਂਸਪੋਰਟੇਸ਼ਨ ਕੰਪਨੀਆਂ ਹੈਗੀਆਂ ਨੇ ਚਾਹੇ ਉਹ ਬਿਜ਼ਨਸ ادارے ਹੈਗੇ ਆ ਸਾਰੇ ਦੇ ਸਾਰੇ ਜਿਹੜੇ ادارے ਹੈਗੇ ਆ ਇਸ ਵੇਲੇ ਸਲੋ ਚੱਲਦੇ ਪਏ ਆ ਲੋਕਾਂ ਨੇ ਆਪਣੇ ਖਰਚਿਆਂ ਤੇ ਕਟੌਤੀ ਕੀਤੀ ਹੋਈ ਆ ਜੇ ਬਿਜ਼ਨਸ ਵਧੀਆ ਚੱਲਦੇ ਹੁੰਦੇ ਤਾਂ ਮੈਨੂੰ ਲੱਗਦਾ ਕਿਸੇ ਨੂੰ ਕੋਈ ਦਿੱਕਤ ਹੋਣੀ ਨਹੀਂ ਸੀਗੀ ਔਰ ਜੋ ਰੇਸ਼ੀਓਜ਼ ਵੀ ਦੱਸ ਰਹੀਆਂ ਨੇ ਤਕਰੀਬਨ 25 ਤੋਂ 30% ਲੋਕਾਂ ਨੇ ਹੀ ਅ ਅਜੇ ਜਿਹੜਾ ਇਹ ਲੋਨ ਆ ਉਹ ਵਾਪਸ ਕੀਤਾ ਆ ਬਾਕੀਆਂ ਨੇ ਤਾਂ ਐਕਸਟੈਂਸ਼ਨਸ ਜਿਹੜੀਆਂ ਹੈਗੀਆਂ ਉਹ ਮੰਗੀਆਂ ਨੇ ਠੀਕ ਹੈ ਠੀਕ ਆ ਜੀ ਠੀਕ ਆ ਜੀ ਬਹੁਤ ਵਧੀਆ ਜੀ ਪ੍ਰੋਗਰਾਮ ਬਹੁਤ ਵਧੀਆ ਹੁਣ ਡਾਕਟਰ ਸਾਹਿਬ ਆ ਗਏ ਆ ਹਾਂਜੀ ਹੁਣ ਤਾਂ ਪਤਾ ਹੀ ਨਹੀਂ ਟੇਕਓਵਰ ਕਰੇ ਲਿਆ ਕੰਮ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਡਾਕਟਰ ਸਾਹਿਬ ਦਾ ਸਫਰ ਕਿੱਦਾਂ ਰਿਹਾ ਜੀ ਹਾਂਜੀ ਡਾਕਟਰ ਸਾਹਿਬ ਥੋੜੇ ਜਿਹਾ ਇੱਕ ਫੋਨ ਕਾਲ ਆ ਗਿਆ ਜੀ ਅਰਜੈਂਟ ਤੇ ਉਹ ਫਿਰ ਆਪਾਂ ਮੈਂ ਤੁਹਾਨੂੰ ਦੁਬਾਰਾ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਵਨ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਤੁਸੀਂ ਵੀ ਇਹਨਾਂ ਦੇ ਗੈਰ ਗੈਰ ਹਾਜ਼ਰੀ ਦਾ ਬਹੁਤ ਵਧੀਆ ਪ੍ਰੋਗਰਾਮ ਆਪਾਂ ਪੇਸ਼ ਕੀਤਾ ਧੰਨਵਾਦ ਭਾਜੀ ਬੜਾ ਘੈਂਟ ਜੀ ਬੜਾ ਘੈਂਟ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਹੌਸਲਾ ਬਜ਼ਾਈ। ਬਹੁਤ ਧੰਨਵਾਦ ਜੀ ਪੰਮ ਜੀ। ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ ਜੀ। ਔਰ ਗੱਲਬਾਤ ਕਰਦੇ ਆ ਜੀ ਆਪਾਂ ਕ੍ਰਾਸ ਮਰਜ ਐਜੰਸੀ ਦੀ। ਅਗਰ ਤੁਸੀਂ ਕੋਈ ਵੀ ਕੰਮ ਦੀ ਭਾਲ ਦੇ ਵਿੱਚ ਹੈਗੇ ਹੋ ਤੇ ਤੁਸੀਂ ਕ੍ਰਾਸ ਮਰਜ ਐਜੰਸੀ ਦੇ ਨਾਲ ਗੱਲਬਾਤ ਕਰ ਲੈਣੀ ਆ। 905 226 7373 ਸਟੀਫਨ ਫਰਨੀਚਰ 416 670 8572 416 670 8572 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਵੈਲੈਂਟਾਈਨ ਡੇ ਆ ਰਿਹਾ ਹੈਗਾ ਆ 14 ਜਨਵਰੀ ਔਰ 14 ਫਰਵਰੀ ਕਰਨਾ ਸਿੰਗਾਪੁਰ ਜੁਵਲਰਸ ਨੂੰ ਕਹਿੰਦੇ ਆ ਕਿ ਡਾਇਮੰਡ ਦੀ ਰਿੰਗ ਜਿਹੜੀ ਹੈਗੀ ਆ ਆਪਾਂ ਡਿਸਕਾਊਂਟਡ ਪ੍ਰਾਈਸਾਂ ਤੇ ਲਗਾ ਦਿੱਤੀਆਂ ਨੇ ਤੁਸੀਂ ਡਾਇਮੰਡ ਦੀ ਰਿੰਗ ਲੈਣੀ ਹੈਗੀ ਆ ਆਪਣੇ ਘਰੇ ਦੇਣੀ ਆ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਿੰਗਾਪੁਰ ਜੁਵਲਰਸ ਦੇ ਨਾਲ 900 612 1500 905 612 1500 ਦੇ ਉੱਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਡੀਲ ਜਿਹੜੀ ਹੈ ਜੀ ਡਾਇਮੰਡ ਦੀ ਰਿੰਗ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਔਰ ਦਾੜੀ ਨੂੰ ਕੁੰਡਲ ਪਵਾਣੇ ਹੈਗੇ ਆ ਤੇ ਅਮਨ ਸੰਧੂ ਸਾਹਿਬ ਦਾ ਕਹਿਣਾ ਕਿ ਬ੍ਰੈਂਟਨ ਦੇ ਵਿੱਚ ਸਾਡੇ ਕੋਲ ਐਕਸਕਲੂਸਿਵ ਮਸ਼ੀਨ ਆ ਔਰ ਬਹੁਤ ਵਧੀਆ ਟੈਕਨੋਲੋਜੀ ਦੇ ਨਾਲ ਤੁਹਾਡੀ ਦਾੜੀ ਨੂੰ ਕੁੰਡਲ ਪਾਵਾਂਗੇ ਕੋਈ ਵੀ ਕੈਂਚੀ ਜਿਹੜੀ ਆ ਉਹਦਾ ਯੂਜ਼ ਨਹੀਂ ਕਰਾਂਗੇ ਤੇ ਅਮਨ ਸੰਧੂ ਨਾਲ ਗੱਲਬਾਤ ਕਰ ਲਓ 4372458500 437245 8500 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਆ ਔਰ ਨਾਲ ਦੇ ਨਾਲ ਇੱਕ ਹੋਰ ਜਿਹੜੀ ਵੱਡੀ ਖਬਰ ਜਿਹੜੀ ਹੈ ਜੇ ਉਹ ਆ ਇਹ ਆ ਰਹੀ ਹੈਗੀ ਆ ਕਿ ਇੰਸ਼ੋਰੈਂਸ ਕੰਪਨੀਆਂ ਨੇ ਫੈਡਰਲ ਗਵਰਨਮੈਂਟ ਨੂੰ ਮਦਦ ਦੇ ਲਈ ਗੁਹਾਰ ਲਗਾਈ ਆ ਕਿ ਪਿਛਲੇ ਜਿਹੜਾ ਉਹਨਾਂ ਦਾ ਸਾਲ ਗਿਆ ਜੀ ਤਕਰੀਬਨ 2022-23 ਉਹਦੇ ਵਿੱਚ ਉਹਨਾਂ ਦਾ ਕਹਿਣਾ ਹੈਗਾ ਕਿ 1 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੇ ਜਿਹੜੇ ਜੀ ਉਹਨਾਂ ਨੂੰ ਜਿਹੜੇ ਹੈਗੇ ਆ ਜੀ ਪ੍ਰੋਟੈਕਸ਼ਨ ਮਨੀ ਜਿਹੜੀ ਆ ਉਹ ਦੇਣੀ ਪਈ ਯਾਨੀ ਕਿ ਇੰਸ਼ੋਰੈਂਸ ਮਨੀ ਜਿਹੜੀ ਹੈਗੀ ਆ ਜੀ ਉਹ ਉਹ ਦੇਣੀ ਪਈ ਔਰ ਇਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਇਸ ਵੇਲੇ ਪ੍ਰੈਸ਼ਰ ਚੱਲਣਾ ਪੈ ਰਿਹਾ ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਔਰ ਕਹਿੰਦੇ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮਨੀ ਹੈਗੀ ਆ ਉਹ ਆਟੋ ਥੈਫਟ ਦੇ ਵਿੱਚ ਦਿੱਤੀ ਗਈ ਲੋਕਾਂ ਨੂੰ ਔਰ ਨਦੀਆਂ ਗੱਡੀਆਂ ਜਿਹੜੀਆਂ ਜੀ ਚੋਰੀ ਹੋਈਆਂ ਸੋ ਆਪਾਂ ਜਾਣਦੇ ਹੈਗੀਆਂ ਔਰ ਐਵਰੇਜ ਜਿਹੜੀ ਹੈ ਜੀ ਆਪਾਂ ਜਦੋਂ ਕੱਢਦੇ ਆ ਬ੍ਰੈਂਟਨ ਮਿਸੀਸਾਗਾ ਦੇ ਹੀ ਅੰਕੜੇ ਕੱਢੀਏ ਤੇ ਤਕਰੀਬਨ 500 ਤੋਂ ਉੱਪਰ ਗੱਡੀ ਜਿਹੜੀ ਹੈਗੀ ਜੀ ਪਿਛਲੇ ਮਹੀਨਿਆਂ ਦੇ ਵਿੱਚ ਚੋਰੀ ਹੋ ਰਹੀ ਆ ਐਵਰੇਜ ਪਰ ਮਹੀਨੇ ਮਤਲਬ ਹਰ ਮਹੀਨੇ ਦੀ ਇਹ ਐਵਰੇਜ ਮੈਂ ਦੱਸ ਰਿਹਾ ਸੋ ਇੱਕ ਬਹੁਤ ਵੱਡਾ ਅਲਾਰਮਿੰਗ ਸਿਚੁਏਸ਼ਨ ਜਿਹੜੀ ਹੈਗੀ ਜੀ ਕੈਨੇਡਾ ਭਰ ਦੇ ਵਿੱਚ ਬਣੀ ਹੋਈ ਆ ਔਰ ਤਕਰੀਬਨ ਇਸ ਸਿਚੁਏਸ਼ਨ ਨੂੰ ਬਣਿਆ ਨੂੰ ਡੇਢ ਦੋ ਸਾਲ ਹੋ ਚੁਲੇ ਨੇ ਅਜੇ ਤੱਕ ਇਹਦਾ ਕੋਈ ਸਥਾਈ ਹੱਲ ਜਿਹੜਾ ਹੈਗਾ ਜੀ ਉਹ ਨਹੀਂ ਹੋਇਆ ਜਦ ਕਿ ਗਾਹੇ ਬਗਾਹੇ ਪੈਟ੍ਰਿਕ ਬ੍ਰਾਊਨ ਸਾਡੇ ਬ੍ਰਾਮਟਨ ਦੇ ਮੇਅਰ ਨੇ ਉਹਨਾਂ ਨੇ ਵੀ ਗੁਹਾਰ ਲਗਾਈ ਆ ਕਿ ਭਈ ਫੈਡਰਲ ਏਜੰਸੀਆਂ ਨੂੰ ਇਹਦੇ ਉੱਤੇ ਇਨਵੋਲਵ ਹੋਣਾ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਕਿਸੇ ਤਰੀਕੇ ਦੇ ਨਾਲ ਬਾਰਡਰ ਸਿਕਿਉਰਟੀਆਂ ਦੇ ਵਿੱਚ ਇਹਦਾ ਜਿਹੜਾ ਹੈਗਾ ਜੀ ਕੋਈ ਹੱਲ ਲੱਭਿਆ ਜਾ ਸਕੇ ਔਰ ਪਿਛਲੇ ਦਿਨੀ ਇੱਕ ਸਟੋਰੀ ਜਿਹੜੀ ਹੈਗੀ ਜੀ ਉਹ ਨਿਸ਼ਰ ਹੋਈ ਸੀਗੀ ਅਨਟਾਰੀਓ ਦੇ ਵਿੱਚੋਂ ਚੋਰੀ ਹੋਈ ਇੱਕ ਗੱਡੀ ਉਹਦੇ ਉੱਤੇ ਜੀ ਏਅਰਟੈਗ ਲੱਗਾ ਹੋਇਆ ਸੀਗਾ ਐਪਲ ਦਾ ਔਰ ਉਹ ਟਰੈਕ ਹੋ ਰਹੀ ਸੀਗੀ ਔਰ ਉਹ ਟਰੈਕ ਦੇ ਵਿਚ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਗੱਡੀ ਚੋਰੀ ਹੋਣ ਤੋਂ ਬਾਅਦ ਮੌਂਟਰੀਅਲ ਦੇ ਡੌਕ ਤੇ ਪਹੁੰਚੀ ਫਿਰ ਸ਼ਿਪ ਹੋਈ ਆ ਔਰ ਉਹਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਜਿਹੜੀਆਂ ਸਾਡੀਆਂ ਏਜੰਸੀਆਂ ਹੈਗੀਆਂ ਨੇ ਉਹ ਅਜੇ ਓਲਡ ਸਕੂਲ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਨੇ ਉਹਨਾਂ ਦੇ ਕੋਲ ਡਾਟਾ ਆਪਰੇਸ਼ਨ ਜਿਹੜੀ ਆ ਉਹ ਅਜੇ ਇੰਨੀ ਫਾਸਟ ਨਹੀਂ ਹੋ ਪਾਈ ਤੇ ਇਸ ਕਰਕੇ ਗੱਡੀ ਜਿਹੜੀ ਹੈ ਜੀ ਸ਼ਿਪ ਹੋ ਗਈ ਔਰ ਉਹ ਗੱਡੀ ਸ਼ਿਪ ਹੁੰਦਿਆਂ ਹੁੰਦਿਆਂ ਪਹੁੰਚ ਗਈ ਦੁਬਈ ਦੇ ਵਿੱਚ ਔਰ ਦੁਬਈ ਦੇ ਵਿੱਚ ਉਸ ਗੱਡੀ ਨੂੰ ਲੋਕੇਟ ਕੀਤਾ ਗਿਆ ਤੇ ਅੰਡਰ ਕਵਰ ਜਰਨਲਿਸਟ ਨੇ ਉੱਥੋਂ ਫੋਟੋ ਖਿੱਚ ਕੇ ਭੇਜੀ ਕਿ ਬਈ ਆਹਾ ਤੁਹਾਡੀ ਗੱਡੀ ਜਿਹੜੀ ਹੈਗੀ ਆ ਦੁਬਈ ਦੇ ਇੱਕ ਸੈਲਿੰਗ ਯਾਰਡ ਦੇ ਵਿੱਚ ਖੜੀ ਹੈਗੀ ਆ ਸੋ ਇਹ ਇੱਕ ਬਹੁਤ ਹੀ ਅਲਰਮਿੰਗ ਸਿਚੁਏਸ਼ਨਸ ਹੈਗੀਆਂ ਆਪਾਂ ਨੂੰ ਪਤਾ ਕਿ ਇਹ ਆਰਟੀਕਲ ਆਮ ਇੱਕ ਚਰਚਾ ਦਾ ਹਿੱਸਾ ਬਣ ਗਿਆ ਜਿਹੜਾ ਬਣਨਾ ਨਹੀਂ ਚਾਹੀਦਾ ਸੀ ਕਿਉਂਕਿ ਕੈਨੇਡਾ ਦੇ ਵਿੱਚ ਬੜੀਆਂ ਲਾਅ ਬੀਇੰਗ ਏਜੰਸੀਆਂ ਹੈਗੀਆਂ ਨੇ ਆਪਾਂ ਸਾਰੇ ਆਪਣੇ ਲਾਅ ਜਿਹੜੇ ਹੈਗੀਆਂ ਨੇ ਜਿ ਉਹਨਾਂ ਨੂੰ ਮੰਨਦੇ ਆ ਲੇਕਿਨ ਜੇ ਤੁਹਾ ਨੂੰ ਤਾਂ ਤੁਸੀਂ ਤਾਂ ਲਾਅ ਨੂੰ ਮੰਨਦੇ ਹੈਗੇ ਆ ਲੇਕਿਨ ਜਦੋਂ ਤੁਹਾਡੇ ਅਧਿਕਾਰਾਂ ਦੇ ਉੱਤੇ ਜਾਂ ਤੁਹਾਡੀ ਸੁਰੱਖਿਆ ਦੇ ਉੱਤੇ ਇਹ ਖਤਰਾ ਪੈਦਾ ਹੁੰਦਾ ਤੇ ਇਹ ਫਿਰ ਇੱਕ ਬਹੁਤ ਵੱਡੀ ਸਵਾਲੀਆ ਨਿਸ਼ਾਨ ਬਣਦਾ ਹੈਗਾ ਆ ਤੇ ਨਾਲ ਦੇ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਆ ਜੀ ਸਾਡੇ ਨਾਲ ਇੱਕ ਹੋਰ ਕੋਲਰ ਵੀ ਜੁੜੇ ਹੈਗੇ ਨੇ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਆ ਜੀ ਸਵਾਗਤ ਆਪ ਜੀ ਦਾ ਹਾਂਜੀ ਜਦ ਇਹ ਗੱਡੀ ਜਿਹੜੀਆਂ ਜਾਂਦੀਆਂ ਨੇ ਹੁਣ ਇਹਦਾ ਨੰਬਰਿੰਗ ਵੀ ਬਹੁਤ ਹੋ ਗਈ ਜਿੱਥੇ ਉੱਥੇ ਸ਼ਿਪ ਹੁੰਦੀਆਂ ਨੇ ਜਿਹੜੀ ਸਿਕਿਉਰਟੀ ਹੈ ਇਹ ਬਾਰਡਰ ਸਿਕਿਉਰਟੀ ਵਾਰੇ ਕੁਝ 2-4 ਮਿੰਟ ਤਾਂ ਲੱਗਦੇ ਹੀ ਹੋਣਗੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਵੀ ਹੋ ਰਹੀ ਹੈ ਜੀ हां जी वो कहंदे ने जी कि ओना नु इस गल दा पता नहीं लगदा जेड़े ओना दे कोल देखो सारा कुछ आ, इंटरनेट ਦੇ ذریعے ਜਾਂ ਜਿਹੜਾ ਹੈਗਾ ਉਥੋਂ ਹੀ ਸਾਰੀਆਂ ਅਪਰੂਵਲਾਂ ਮਿਲਦੀਆਂ ਬਈ ਗੱਡੀ ਜੇ ਮੰਨ ਲਓ ਜੇ ਗੱਡੀ ਟੋਰਾਂਟੋ ਦੇ ਵਿੱਚ ਚੋਰੀ ਹੋਈ ਆ ਤੇ ਇਥੋਂ ਦੀ ਚੋਰੀ ਹੋਈ ਗੱਡੀ ਦਾ ਸਿਸਟਮ ਜਿਹੜਾ ਹੈਗਾ ਜੇ ਜਦ ਤੱਕ ਮੌਂਟਰੀਅਲ ਦੇ ਜਿਹੜਾ ਬਾਰਡਰ ਸਿਕਿਉਰਿਟੀ ਉਹਦੇ ਵਿੱਚ ਪਾਸ ਨਾ ਹੋਵੇ ਤੇ ਉਹਨਾਂ ਨੂੰ ਨਹੀਂ ਉੱਥੇ ਪਤਾ ਲੱਗਦਾ ਕਿ ਗੱਡੀ ਚੋਰੀ ਹੋਈ ਮੈਂ ਮੈਂ ਤੁਹਾਨੂੰ ਕੁ ਮੈਂ ਥੋੜਾ ਥੋੜਾ ਟਾਈਮ ਥੋੜਾ ਲਮਾਉਂ ਉਹ ਕਿ ਫਸਾ ਲੋੜ ਜਿਹੜੇ ਫੂਰ ਵਾਲੇ ਮੈਨੂੰ ਪਤਾ ਕਾਇ ਨੇ ਉਹ ਗਰ ਉਹਨਾਂ ਦੀ ਕੋਈ ਸੰਦੇਹ ਨਹੀਂ ਮੇਰਾ ਮਤਲਬ ਤਾਂ ਇਹ ਆ ਵੀ ਚਾਹੇ ਕੋਈ ਵੀ ਇਹ ਨਹੀਂ ਵੀ ਹੋਣੀ ਹੈ ਜਿਹਨੂੰ ਅਮਰੀਕਾ ਨੂੰ ਜਨ ਸਭੀ ਚੈਕਿੰਗ ਹੁੰਦੇ ਆ ਜਦੋਂ 2-4 ਮਿੰਟ ਬਾਕੇ ਚੈਕਿੰਗ ਹੋ ਜਵੇ ਉਹ ਵੀ ਸਭੀ ਹੋ ਕੇ ਉਸ ਤੋਂ ਪਿੱਛੇ ਉਹ ਬੋਰਡ ਹੋਵੇ ਉਹ ਜੀ ਚਾਹੇ ਟੋਰਾਂਟੋ ਦੀ ਆ ਬ੍ਰਮਟਨ ਦੀ ਆ ਮਿਸਿਸ ਜਾਂ ਮੌਂਟਰੀਅਲ ਮੇਰਾ ਮਤਲਬ ਕਿਹੜੀ ਵੀ ਗੱਡੀ ਹੋ ਰਹੀ ਹੈ ਤਾਂ ਸ਼ਿਪ ਹੋਣ ਤੋਂ ਪਹਿਲਾਂ ਕਿਉਂਕਿ ਸ਼ਿਪ ਕਿੰਨੀਆਂ ਗੱਡੀਆਂ ਰੋਸੀਆਂ ਹੁੰਦੀਆਂ ਨੇ ਕੀ ਉਹ ਚੈੱਕ ਨਹੀਂ ਹੋ ਸਕਦਾ ਵੀ ਪਹਿਲਾਂ ਸ਼ਿਪ ਹੋਣ ਤੋਂ ਬਿਲਕੁਲ ਹੋਣੀ ਚਾਹੀਦੀ ਜੀ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਬਿਲਕੁਲ ਵਾਜੂਬ ਹੈ ਜੀ ਥੈਂਕ ਯੂ ਸੈਂਸ ਆਫ ਡਾਟਾ ਮੇਰਾ ਮਤਲਬ ਇਹ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਬਿਲਕੁਲ ਵਾਜੂਬ ਹੈ ਜੀ ਥੈਂਕ ਯੂ ਸੈਂਸ ਆਫ ਡਾਟਾ ਇਸ ਕਰਦੋਂ ਕਿ ਪਹਿਲਾਂ ਤਸੱਲੀ ਕਰਨੀ ਹੈ ਕਿਉਂਕਿ ਚੋਰੀ ਬਹੁਤ ਹੋ ਰਹੀ ਹੈ ਤਾਂ ਫਿਰ ਉਹਨੂੰ ਹੁਣ ਜਿਸ ਤਰ੍ਹਾਂ ਹਰੇਕ ਬੰਦੇ ਨੂੰ ਦੇ ਕਾਰ ਤੇ ਹਰੇਕ ਬੰਦੇ ਦੀ ਟਰੱਕ ਉੱਥੇ ਲੁੱਕੀ ਕਲਾਕੇ ਮੈਂ ਤਾਂ ਕਹਿੰਦੇ ਗਿਆਨ ਇੱਕ ਵਾਰ ਜਾ ਕੇ ਆਇਆ ਉਹ ਫਿਰ ਲਾਈਨ ਲੱਗਦੀ ਹੈ ਸਰੇਟ ਬਤ ਸੱਡੀ ਕੰਮ ਤੋਂ ਬਾਅਦ ਫਿਰ ਕ੍ਰਾਸਿੰਗ ਹੁੰਦੀ ਹੈ ਜਦ ਉੱਧਰ ਯੂਐਸ ਜਾਣਾ ਹੈ ਨਹੀਂ ਦੇਖਿਆ ਜਾਂਦਾ ਵੀ ਉਸ ਉਸ ਦੀ ਉਹ ਹੋ ਗਈ ਇਸ ਸ਼ੱਕ ਹੈ ਫ੍ਰਿਕ ਵੀ ਹੋ ਰਹੀ ਹੈ ਜੀ 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 ਦੇਖੋ ਜੀ ਕਈ ਲੂਪੋਲਸ ਹੈਗੇ ਨੇ ਜਿਹੜੇ ਤਾਂ ਹੀ ਕਰਕੇ ਇਹ ਵੱਡਾ ਕ੍ਰਾਈਮ ਜਿਹੜਾ ਹੈਗਾ ਇੰਨਾ ਵੱਡਾ ਹੋ ਗਿਆ ਅਸੀਂ ਅਸੀਂ ਜਾ ਰਹੇ ਹਾਂ ਅੱਥੇ ਜਿਹੜੀ ਓਪੀਪੀ ਜਾਂ ਜਿਹੜੀ ਉਹਨੂੰ ਉਸਦਾ ਵੀ ਕੰਮ ਹੈਗਾ ਲੇਕਿਨ ਜ਼ਿਆਦਾ ਕੰਮ ਜਾਂ ਉੱਥੋਂ ਸ਼ੁਰੂ ਕਿਉਂਕਿ ਸਾਰੀਆਂ ਬਾਹਰ ਜਾ ਰਹੀਆਂ ਨੇ ਜਿੰਨੇ ਸਾਰੀਆਂ ਜੇ ਬਾਹਰ ਰਹਿ ਜਾਣਗੀਆਂ ਫਿਰ ਉਹ ਜਿਨ੍ਹਾਂ ਨੂੰ ਡਿਸਮੈਂਟਲ ਕਰਕੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਉਹ ਤਾਂ ਹੋ ਸਕਦਾ ਵੀ ਟਰੈਕਿੰਗ ਉੱਥੀ ਵਜੋਂ ਸ਼ਿਪਾਰੀਆ ਵੀ ਥਾ ਟਰੈਕਿੰਗ ਹੋ ਸਕਦੀ ਹੈ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜੀ 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 ਬਹੁਤ ਬਹੁਤ ਹਾਂ ਜੀ ਓਕੇ ਧੰਨਵਾਦ ਜੀ ਥੈਂਕ ਯੂ ਔਰ ਬਿਲਕੁਲ ਜੀ ਦੇਖੋ ਐਫਰਟ ਕੀਤਾ ਜਾ ਰਿਹਾ ਹੈ ਪੀਲ ਪੁਲਿਸ ਦੇ ਵੱਲੋਂ ਵੀ ਓਪੀਪੀ ਆਰਸੀਐਮਪੀ ਸਾਰੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਇਹਦੇ ਉੱਤੇ ਲੱਗੀਆਂ ਹੋਈਆਂ ਨੇ ਔਰ ਜਿਹਦੇ ਨਾਲ ਕੀ ਜਦੋਂ ਵੀ ਹੁਣ ਆਪਾਂ ਗੱਲਬਾਤ ਕਰੀਏ ਜਿਹੜਾ ਡਾਟਾ ਵੀ ਆਪਣੇ ਕੋਲ ਹੈਗਾ ਤਕਰੀਬਨ 150 ਤੋਂ ਜ਼ਿਆਦਾ ਜਿਹੜੇ ਹੈਗੇ ਜੀ ਇਹਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਔਰ ਇਹਦੇ ਵਿੱਚ ਕਈ ਨਾਮ ਜਿਹੜੇ ਹੈਗੇ ਜੀ ਪੰਜਾਬੀ ਭਾਈਚਾਰੇ ਤੋਂ ਵੀ ਹੈਗੇ ਨੇ ਸੋ ਇਸ ਕਰਕੇ ਅਲਾਰਮਿੰਗ ਸਿਚੁਏਸ਼ਨ ਤਾਂ ਹੈਗੀ ਆ ਪੁਲਿਸ ਆਪਣਾ ਕੰਮ ਕਰ ਰਹੀ ਆ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਬੰਦੇ ਨੂੰ ਫੜ ਕੇ ਲੈ ਕੇ ਜਾਂਦੇ ਆ ਤੇ ਦੂਸਰੇ ਦਿਨ ਹੀ ਉਹਨਾਂ ਦੀ ਬੇਲ ਜਿਹੜੀ ਆ ਉਹ ਹੋ ਜਾਂਦੀ ਆ ਤੇ ਹੁਣ ਜਦੋਂ ਜਿਵੇਂ ਕਿ ਸੁਖੀ ਭਾਜੀ ਕਹਿ ਕੇ ਹਟੇ ਨੇ ਕਿ ਕੁਝ ਨਵੇਂ ਰੂਲਸ ਅਮੈਂਡਮੈਂਟ ਹੋਈਆਂ ਹੈਗੀਆਂ ਨੇ ਜਿਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਜ਼ਮਾਨਤ ਹੈਗੀ ਆ ਉਹ ਇੰਨੀ ਸੌਖੀ ਨਾ ਹੋਵੇ ਸੋ ਅੱਗੇ ਚੱਲ ਕੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਾਂ ਜਿਹੜੇ ਜੀ ਕੁਝ ਨੁਮਾਇंदे ਹੈਗੇ ਨੇ ਉਹਨਾਂ ਨੂੰ ਫੋਨ ਦੇ ਉੱਤੇ ਰੇਡੀਓ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਗੱਲਬਾਤ ਕਰਦੇ ਹੈਗੇ ਆ ਜੀ ਆਪਾਂ ਟੈਲੀਟਾਈਮ ਇਲੈਕਟ੍ਰੋਨਿਕਸ ਦੀ 905 200 735550 ਟੈਲੀਟਾਈਮ ਦੀਆਂ ਸਾਰੀਆਂ ਲੋਕੇਸ਼ਨ ਦੇ ਉੱਤੇ ਅੱਜ ਬਹੁਤ ਵਧੀਆ ਡੀਲਾਂ ਲੱਗੀਆਂ ਹੋਈਆਂ ਨੇ ਤੁਸੀਂ ਪਹੁੰਚਣਾ ਹੈਗਾ ਟੈਲੀਟਾਈਮ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ 905 2735550 ਦੇ ਉੱਤੇ ਗੱਲਬਾਤ ਹੋ ਸਕਦੀ ਆ ਪੰਜਾਬ ਸਪੋਰਟਸ ਦੀ ਗੱਲ ਕਰ ਲੈਣੀ ਆ ਬਹੁਤ ਹੀ ਵੱਡਾ ਔਰ ਪੁਰਾਣਾ ਉਦਾਰਾ ਪ੍ਰੋਸੈਜੋਗ ਜਿਹੜਾ ਜੀ ਇਹਨਾਂ ਦਾ ਬਿਜ਼ਨਸ ਹੈਗਾ ਸਪੈਸ਼ਲਾਈਜ਼ਡ ਕਰਦੇ ਨੇ ਅਗਰ ਤੁਸੀਂ ਕੋਈ ਵੀ ਸਪੋਰਟਸ ਵੇਅਰ ਬਣਵਾਉਣੇ ਹੈਗੇ ਜਾਂ ਚਾਹੇ ਉਹ ਕ੍ਰਿਕਟ ਹੋਵੇ ਫੁੱਟਬਾਲ ਹੋਵੇ ਜਾਂ ਫਿਰ ਕੋਈ ਖੇਡ ਦੇ ਨਾਲ ਜੁੜੀਆਂ ਹੋਈਆਂ ਐਕਸੈਸਰੀਆਂ ਯੂਨੀਫਾਰਮ ਜਾਂ ਟਰੈਕਸੂਟ ਆ ਜਾਂ ਫਿਰ ਟਰੋਫੀਜ਼ ਨੇ ਤੇ ਤੁਸੀਂ ਪਹੁੰਚਣਾ ਹੈਗਾ ਪੰਜਾਬ ਸਪੋਰਟਸ ਸਟੀਲ ਐਂਡ ਟਾਰਨਮ ਦੇ ਉੱਤੇ ਲੋਕੇਟਿਡ ਹੈਗੇ ਨੇ ਜੀ 905 789 7664 905 789 7664 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਆ ਸੈਨਾਰਮ ਦੋ ਲੋਕੇਸ਼ਨਾਂ ਤੋਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਨੇ ਜੇ ਕੋਈ ਵੀ ਬੋਰਡ ਬਣਵਾਉਣੇ ਹੈਗੇ ਜਾਂ ਵਿਜ਼ਿਟਿੰਗ ਕਾਰਡ ਬਣਵਾਉਣੇ ਨੇ ਜਾਂ ਫਿਰ ਕੋਈ ਵੀ ਪ੍ਰਿੰਟਿੰਗ ਦਾ ਕੰਮ ਹੈਗਾ ਤੇ ਤੁਸੀਂ ਦੋ ਲੋਕੇਸ਼ਨਸ ਸਾਇਨਾਰਮ ਬ੍ਰੈਮਟਨ ਜਾਂ ਫਿਰ ਇਟੋਬੀਕੋ 416 666 79 53 ਦੇ ਉੱਤੇ ਤੁਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰ ਲੈਣੀ ਆ ਤੇ ਓੰਕਾਰ ਟਰੈਵਲ ਦਾ ਕਹਿਣਾ ਹੈਗਾ ਕਿ ਅਗਰ ਤੁਸੀਂ ਇੰਡੀਆ ਨੂੰ ਜਾਣਾ ਆ ਤੇ ਜਾਂ ਫਿਰ ਉੱਥੋਂ ਆਉਣਾ ਆ ਜਾਂ ਫਿਰ ਕਿਸੇ ਤੁਹਾਡੇ ਜਾਣਕਾਰ ਨੇ ਸਟੂਡੈਂਟ ਵੀਜ਼ੇ ਤੇ ਇੱਥੇ ਆਉਣਾ ਹੈਗਾ ਤੇ ਤੁਸੀਂ ਇੱਕ ਵਾਰੀ ਰੇਟ ਸਾਡੇ ਨਾਲ ਜ਼ਰੂਰ ਚੈੱਕ ਕਰ ਲਓ ਓੰਕਾਰ ਟਰੈਵਲ 905 678 ਪੱਜਨਮੇ 55905678 9555 ਉਹਤੇ ਜਿਹੜੀ ਜੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਟੀਮ ਸੁਖੀ ਨਿਜਰ ਦੇ ਨਾਲ ਗੱਲਬਾਤ ਕਰ ਲਓ ਅਗਰ ਤੁਸੀਂ ਪੰਜਾਬ ਦੇ ਵਿੱਚ ਆਪਣੀ ਕੋਈ ਵੀ ਪ੍ਰਾਪਰਟੀ ਨੂੰ ਵੇਚਣਾ ਚਾਹੁੰਦੇ ਹੈਗੇ ਹੋ ਤੁਹਾਡੀ ਕੋਈ ਜ਼ਮੀਨ ਆ ਸ਼ਹਿਰ ਦੇ ਵਿੱਚ ਪਲਾਟ ਹੈਗਾ ਆ ਜਾਂ ਫਿਰ ਤੁਸੀਂ ਐਗਰੀਕਲਚਰ ਲੈਂਡ ਹੈਗੀ ਆ ਕੋਈ ਵੀ ਪ੍ਰਾਪਰਟੀ ਤੁਸੀਂ ਪੰਜਾਬ ਦੇ ਵਿੱਚ ਵੇਚਣੀ ਆ ਤੇ ਟੀਮ ਸੁਖੀ ਨਿਜਰ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈਗੀ ਆ ਸਾਡਾ ਜਲੰਧਰ ਦੇ ਵਿੱਚ ਵੀ ਆਫਿਸ ਹੈਗਾ ਆ ਉੱਥੇ ਵੀ ਜਾ ਕੇ ਤੁਹਾਡੇ ਕੋਈ ਵੀ ਰਿਸ਼ਤੇਦਾਰ ਭੈਣ ਭਰਾ ਮਿਲਣਾ ਚਾਹੁੰਦਾ ਤੇ ਉੱਥੇ ਵੀ ਬੈਠ ਕੇ ਮੀਟਿੰਗ ਕੀਤੀ ਜਾ ਸਕਦੀ ਆ ਤੇ ਪੇਮੈਂਟ ਤੁਸੀਂ ਜੇ ਤੁਹਾਨੂੰ ਇੱਥੇ ਚਾਹੀਦੀ ਆ ਜਾਂ ਫਿਰ ਇੰਡੀਆ ਚ ਚਾਹੀਦੀ ਆ ਉਹਦੇ ਬਾਬਤ ਵੀ ਗੱਲਬਾਤ ਕੀਤੀ ਜਾ ਸਕਦੀ ਆ ਸੋ ਆਪਣੀ ਪ੍ਰਾਪਰਟੀ ਦਾ ਵਧੀਆ ਰੇਟ ਲੈਂਡ ਦੇ ਲਈ ਤੁਸੀਂ ਟੀਮ ਸੁਖੀ ਨਿਜਰ ਦੇ ਨਾਲ ਗੱਲਬਾਤ ਜਿਹੜੀ ਹੈ ਜਿ ਉਹ ਕਰ ਲੈਣੀ ਆ ਅਗਰ ਤੁਹਾਡੀ ਜ਼ਮੀਨ ਦੇ ਉੱਤੇ ਕੋਈ ਜਿਹੜਾ ਹੈਗਾ ਜੀ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਦੀ ਪਲਾਟ ਕਿੱਥੇ ਆ ਤੁਹਾਡੀ ਜ਼ਮੀਨ ਦੇ ਉੱਤੇ ਕੋਈ ਆ ਪ੍ਰੋਬਲਮ ਹੈਗੀ ਆ ਤੇ ਤੁਹਾਨੂੰ ਤਾਂ ਵੀ ਹੈਲਪ ਜਿਹੜੀ ਹੈ ਜੀ ਉਹ ਕਰ ਸਕਦੇ ਨੇ ਸਬੰਧਤ ਅਫਸਰ ਸਹਿਬਾਨਾ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਜਾ ਸਕਦੀ ਆ ਤੇ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇਹਦੇ ਉੱਤੇ ਔਰ ਤੁਸੀਂ ਜ਼ਿਆਦਾ ਜਾਣਕਾਰੀ ਦੇ ਲਈ ਗੱਲਬਾਤ ਕਰ ਲੈਣੀ ਆ 416 803099941680309999 ਦੇ ਉੱਤੇ ਤੁਸੀਂ ਟੀਮ ਸੁਖੀ ਨਿਜਰ ਦੇ ਨਾਲ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਪ੍ਰਾਪਰਟੀ ਵੇਚਣੀ ਆ ਤੇ ਤੁਸੀਂ ਉਹਦੇ ਬਾਬਤ ਗੱਲਬਾਤ ਕਰ ਲੈਣੀ ਹੈਗੀ ਟਾਂਗਰੀ ਇੰਸ਼ੋਰੈਂਸ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਬੜੀ ਹੀ ਟਰਸਟੇਬਲ ਕੰਪਨੀ ਟਾਂਗਰੀ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੀ ਗੱਲ ਹੋਵੇ ਜਾਂ ਫਿਰ ਇਨਵੈਸਟਮੈਂਟ ਪਲਾਨ ਗਰੁੱਪ ਇੰਸ਼ੋਰੈਂਸ ਡਿਸੇਬਿਲਟੀ ਤੇ ਜਾਂ ਫਿਰ ਹੋਵੇ ਸਟੇਟ ਪਲੈਨਿੰਗ ਤੁਸੀਂ ਗੱਲਬਾਤ ਕਰ ਲੈਣੀ ਆ 905405

1200 ਦੇ ਤੁਸੀਂ ਗੱਲਬਾਤ ਕਰਕੇ ਜਿਹੜੀ ਇਹ ਜ਼ਿਆਦਾ ਜਾਣਕਾਰੀ ਇਹਨੂੰ ਲੈ ਸਕਦੇ ਹੋਗੇ ਉਹ ਤੇ ਗੱਲਬਾਤ ਚੱਲ ਰਹੀ ਸੀਗੀ ਜੀ ਆਪਣੀ ਕਿ ਸਿਬਾ ਲੋਨ ਦੇ ਬਾਰੇ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਵੇ ਔਰ ਬਹੁਤਿਆਂ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਰੀਅਲ ਏਸਟੇਟ ਦੇ ਵਿੱਚ ਵੀ ਜੋ ਇਹ ਹੋਇਆ ਕਿ ਇਹ ਪੰਜਾਬ ਇਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੀ ਇਦਾਂ ਹੋਇਆ ਕਿ ਇੱਕ ਸਾਲ ਦੇ ਵਿੱਚ ਵਿੱਚ ਜਿਹੜੇ ਹੈਗੇ ਨੇ ਜੀ ਰੇਟ ਆ ਰੇਟ ਆਫ ਇੰਟਰਸਟ ਹੈਗੇ ਨੇ ਜਿਵੇਂ ਆਪਾਂ ਕਹੀਏ ਕਿ ਮਾਰਗੇਜ ਰੇਟ ਜਿਹੜੇ ਹੈਗੇ ਆ ਉਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਇੱਕ ਸਾਲ ਦੇ ਵਿੱਚ ਵਧਾਏ ਗਏ ਜਿਵੇਂ ਆਪਾਂ ਨੂੰ ਪਤਾ ਕਿ ਤਕਰੀਬਨ ਇਹ ਅੱਧਾ ਪਰਸੈਂਟ 1% ਤੋਂ ਇੱਕਦਮ ਜੰਪ ਮਾਰ ਕੇ ਇਹ 6-7% ਤੱਕ ਲੈ ਕੇ ਗਏ ਵਿਥਿਨ ਅイヤー ਦੇ ਵਿੱਚ ਤੇ ਉਹਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦੀ ਜਿਹੜੀਆਂ ਜੀ ਪਰੇਸ਼ਾਨੀਆਂ ਆਈਆਂ ਵੱਡੇ ਮਾਰਾਂ ਦਾ ਕਹਿਣਾ ਹੈਗਾ ਆ ਕਿ ਇਸ ਬਾਰੇ ਕਿਸੇ ਨੂੰ ਖਿਆਲ ਵੀ ਨਹੀਂ ਸੀਗਾ ਕਿ ਇੰਨੀ ਜਲਦੀ ਜਾਂ ਇਨੇ ਇਨੇ ਇਹ ਉੱਚੇ ਰੇਟ ਦੇਲੇ ਹੈਗੇ ਜੀ ਉਹ ਲੈ ਕੇ ਜਾਊਗੀ ਸਰਕਾਰ ਔਰ ਸਰਕਾਰ ਦੇ ਵਿੱਚ ਵੀ ਦੇਖੋ ਹਮੇਸ਼ਾ ਆਪਾਂ ਇਸ ਗੱਲ ਨੂੰ ਜ਼ਿਕਰ ਕਰਦੇ ਹਾਂ ਕਿ ਜਦੋਂ ਤੁਸੀਂ ਪਹਿਲਾਂ ਤਾਂ ਜਿਹੜਾ ਹੈਗਾ ਜੀ 0.5% ਤੇ 1% ਤੇ ਲੋਕਾਂ ਨੂੰ ਜਿਹੜਾ ਹੈਗਾ ਜੀ ਉਹ ਲੋਨ ਦੇ ਰਹੇ ਹੋ ਤੇ ਉਹਦੇ ਨਾਲ ਕੀ ਹੋ ਗਿਆ ਜਿਹੜੀ ਲੋਕ ਸੀਗੇ ਜਾਂ ਜਿਹੜੇ ਇਨਵੈਸਟਰ ਸੀਗੇ ਉਹ ਹੋ ਗਿਆ ਜੀ ਅਗਲੇ ਕਹਿੰਦੇ ਕਿ ਜੈਸੀ ਵੀ ਹਾਂ ਵੀ ਆਪਾਂ ਹੁਣ ਵਧੀਆ ਤਰੀਕੇ ਦੇ ਨਾਲ ਜਾਂ ਈਜ਼ੀਲੀ ਜਿਹੜਾ ਸਾਨੂੰ ਲੋਨ ਉਹਨੂੰ ਮਿਲਦਾ ਤੇ ਹਰ ਕੋਈ ਬੰਦਾ ਫਿਰ ਚਾਹੁੰਦਾ ਹੈਗਾ ਕਿ ਜੇ ਅਗਰ ਈਜ਼ੀ ਲੋਨ ਮਿਲ ਰਿਹਾ ਆ ਤੇ ਕਿਉਂ ਨਾ ਫਿਰ ਇਨਵੈਸਟ ਕੀਤਾ ਜਾਵੇ ਹੁਣ ਉੱਥੇ ਜਿਹੜਾ ਸਟ੍ਰੈਸ ਟੈਸਟ ਲੱਗਾ ਸੀਗਾ ਸਟ੍ਰੈਸ ਟੈਸਟ ਨੂੰ ਵੀ ਫੇਲ ਕਰ ਦਿੱਤਾ ਇੰਟਰਸਟ ਰੇਟ ਨੇ ਇੰਨੇ ਜਿਆਦਾ ਇੰਟਰਸਟ ਰੇਟ ਚਲੇ ਗਏ ਕਿ ਜੇ ਤੁਸੀਂ ਇੰਟਰਸਟ ਰੇਟ ਦੇ ਵਿੱਚ ਜਿਹੜਾ ਉਹ ਸਟ੍ਰੈਸ-ਸਟ੍ਰੈਸ ਦੇ ਵਿੱਚ ਕੁਆਲੀਫਾਈ ਹੋ ਗਏ ਸੀਗੇ ਉਹ ਵੀ ਤੁਸੀਂ ਜਿਹੜਾ ਜੇ ਅਸ ਵੇਲੇ ਸਰਵਾਈਵ ਕਰਨਾ ਉਹਨਾਂ ਦੇ ਲਈ ਵੀ ਮੁਸ਼ਕਲ ਹੋ ਗਿਆ ਸੋ ਲੋਕ ਇਹ ਸਮਝਦੇ ਨੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਪਾਲਿਸੀ ਜਿਹੜੀ ਹੈਗੀ ਹੈ ਜੀ ਉਹ ਖਰਾਬ ਕੀਤੀ ਜਾਂ ਇੱਕ 트੍ਰੈਪ ਜਿਹੜਾ ਹੈਗਾ ਜੀ ਉਹ ਬਣਾਇਆ ਗਿਆ ਤੇ ਇਸ ਕਰਕੇ ਹੁਣ ਅਸ ਵੇਲੇ ਸਾਰੇ ਜਣੇ ਸਰਵਾਈਵਲ ਮੋਡ ਦੇ ਵਿੱਚ ਹੈਗੇ ਨੇ ਜਿਆਦਾ ਪਰੇਸ਼ਾਨੀ ਹੈ ਕਿ ਜਿਨ੍ਹਾਂ ਨੇ ਮਲਟੀਪਲ ਇਨਵੈਸਟਮੈਂਟਸ ਕੀਤੀਆਂ ਹੈਗੀਆਂ ਨੇ ਉਹਨਾਂ ਦੇ ਲਈ ਥੋੜਾ ਜਿਹਾ ਪਰੇਸ਼ਾਨੀ ਦਾ ਸਬਬ ਜਿਆਦਾ ਹੈਗਾ ਤੇ ਕਰਕੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸੰਝ ਪਾਉਣੀ ਹੈਗੀ ਹੈ 905799 0999 ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ ਦੇਸੀ ਚੱਕੀ ਆਟਾ 4166754444 ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਹੈਗਾ ਬਗੈਰ ਮੱਕੀ ਕਣਕ ਤੇ ਤੁਸੀਂ ਲੈਣਾ ਹੈਗਾ ਚਾਵਲ ਤੋਂ ਬਣਿਆ ਹੋਇਆ ਆਟਾ ਦੇਸੀ ਚੱਕੀ ਆਟਾ 4166754444 ਔਰ ਸਿਹਤ ਦੇ ਲਈ ਕਾਫੀ ਕਹਿੰਦੇ ਫਾਇਦੇਮੰਦ ਹੈਗਾ ਅਗਰ ਤੁਸੀਂ ਡਾਇਬਟੀਜ਼ ਦੇ ਨਾਲ ਜੂਝ ਰਹੇ ਹੋਗੇ ਤਾਂ ਇੱਕ ਵਾਰੀ ਇਸ ਆਟੇ ਨੂੰ ਜ਼ਰੂਰ ਤੁਸੀਂ ਖਾ ਕੇ ਦੇਖੋ ਤੁਹਾਨੂੰ 10-15 ਦਿਨਾਂ ਦੇ ਵਿੱਚ ਆਪਣੀ એનર્ਜੀ ਲੈਵਲ ਦੇ ਉੱਤੇ ਜ਼ਰੂਰ ਫਰਕ ਪਾਊਗਾ 4166754444 ਗ੍ਰੇਟ ਪੰਜਾਬ ਪਲਾਜ਼ਾ ਮਾਲਟਨ ਦੇ ਵਿੱਚ ਇੱਕੋ ਇੱਕ ਲੋਕੇਸ਼ਨ ਜਿੱਥੋਂ ਤੁਸੀਂ ਆਪਣੀ ਮਨਪਸੰਦ ਪੈਕਿੰਗ ਦਾ ਜਿਹੜਾ ਆਟਾ ਹੈਗਾ ਉਹ ਲੈ ਕੇ ਜਾ ਸਕਦੇ ਹੋ ਜੀ ਸੁਖੀ ਭਾਜੀ ਜੀ ਬਿਲਕੁਲ ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਲਾਈਨ ਜਿਹੜੀ ਸਾਡੀ ਉਹ ਪੰਜਾਬ ਜਲੰਧਰ ਸਟੂਡੀਓ ਦੇ ਨਾਲ ਵੀ ਜੁੜ ਗਈ ਹੈ ਮਨਪੀਤੂਰੀ ਆ ਗਏ ਨੇ ਤੁਸੀਂ ਕੋਈ ਗੱਲਬਾਤ ਉਹਨਾਂ ਨੂੰ ਪੁੱਛਣੀ ਹੈ ਕਿਉਂਕਿ ਉੱਥੇ ਵੀ ਜਿਹੜੀ ਸਿਆਸਤ ਬੜੀ ਗਰਮ ਹੈ ਧਰਮ ਦੇ ਵਿੱਚ ਵੀ ਕਾਫੀ ਕੁਝ ਹੋ ਰਿਹਾ ਰੋਜ਼ਾਨਾ ਖਬਰਾਂ ਤੇ ਆਪਾਂ ਸੁਣਦੇ ਹੀ ਆ ਸੋ 9057990999 ਨੇ ਤੇ ਠੰਡ ਵੀ ਪੜੀ ਪੈ ਰਹੀ ਹੈ ਤੇ ਮਨਪੀਤ ਜੀ ਵੈਲਕਮ ਜੀ ਆਇਆਂ ਨੂੰ ਤੁਹਾਡਾ ਟੋਰਾਂਟੋ ਦੇ ਸਟੂਡੀਓ ਚੋਂ ਨਿੱਘਾ ਸਵਾਗਤ ਸ਼ੁਕਰੀਆ ਸ਼ੁਕਰੀਆ ਥੈਂਕ ਯੂ so much ਫਸਿਕਾਲ ਸੁਖੀ ਜੀ ਤੁਹਾਡਾ ਵੀ ਸਵਾਗਤ ਤੇ ਸਾਰੇ ਸਰੋਤਿਆਂ ਦਾ ਵੀ ਕਿਉਂਕਿ ਇੰਨੀ ਠੰਡ ਦੇ ਵਿੱਚ ਨਿਗਾ ਸਵਾਗਤ ਨਿਗ ਦਿੰਦਾ ਆ ਸਾਰ ਪੰਜਾਬ ਤੇ ਜਿਹੜੀ ਇਸ ਵਕਤ ਠੰਡ ਪੈ ਰਹੀ ਹੈ ਨਾ ਕਹਿੰਦੇ ਪਿਛਲੇ ਨੰਨ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਆ 9 ਸਾਲ ਪਹਿਲਾਂ ਪੰਜਾਬ ਦੇ ਅਮਰitsar ਜ਼ਿਲ੍ਹੇ ਦਾ ਘੱਟੋ ਘੱਟ ਜਿਹੜਾ ਟੈਂਪਰੇਚਰ ਸੀਗਾ ਮਨਸ ਵੀ 1 ਡਿਗਰੀ ਦਰਜ ਕੀਤਾ ਗਿਆ ਸੀ ਤੇ ਚਾਲੂ ਸਾਲ ਦੇ ਜਨਵਰੀ ਮਹੀਨੇ ਦੇ ਵਿੱਚ ਵੀ ਬੀਤੀ ਰਾਤ ਨਵਾਂ ਸ਼ਹਿਰ ਦੀ ਗੱਲ ਕਰ ਲਈਏ ਤਾਂ ਉੱਥੋਂ ਦਾ ਜਿਹੜਾ ਘੱਟੋ ਘੱਟ ਟੈਂਪਰੇਚਰ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵੀ 14 ਜਨਵਰੀ ਦੀ ਰਾਤ ਨੂੰ ਨਵਾਂ ਸ਼ਹਿਰ ਦਾ ਘੱਟੋ ਘੱਟ ਟੈਂਪਰੇਚਰ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਵੀ ਵੈਸਟਰਨ ਡਿਸਟਰਬੈਂਸ ਜਿਹੜਾ ਆ ਮੈਡੀਟੇਰੀਅਨ ਤੋਂ ਅੱਗੇ afghanistan ਤੇ pakistan ਦੇ ਵੱਲ ਵਧਦਾ ਆ ਤੇ ਆਉਣ ਵਾਲੇ 6-7 ਦਿਨਾਂ ਦੇ ਵਿੱਚ ਪਛਮੀ gadbadi ਦੇ ਆਉਣ ਦੇ ਕਾ ਹੁਣ ਵੀ ਜਿਹੜੀ ਫਿਲਹਾਲ ਕੋਈ ਸੰਭਾਵਨਾ ਨਹੀਂ ਆ ਤੇ ਠੰਡ ਜਿਹੜੀ ਆ ਉਹ ਫਿਲਹਾਲ ਚੱਲੂ ਆ ਤੇ ਖਬਰਾਂ ਇਹ ਵੀ ਮਿਲੀਆਂ ਵੀ ਠੰਡ ਦੇ ਕਾਰਨ ਇੱਕ ਦੋ ਜਿਹੜੀਆਂ ਨੇ ਮੌਤਾਂ ਵੀ ਹੋਈਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਕੜਾਕੇ ਦੀ ਠੰਡ ਪੈ ਰਹੀ ਹੈ ਰਿਕਾਰਡ ਤੋੜ ਠੰਡ ਤੇ ਇਹਦੇ ਵਿੱਚ ਜੇ ਕਿਤੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਧੁੱਪ ਨਿਕਲੀ ਆ ਥੋੜੀ ਬਹੁਤ ਤੇ ਉਹਨੇ ਸੰਜੀਬ ਨੀ ਦਾ ਕੰਮ ਕੀਤਾ ਆ ਤੇ ਬੀਤੇ ਦਿਨਾਂ ਤੋਂ ਵੈਸੇ ਤੱਕ ਕਈ ਕਈ ਦਿਨਾਂ ਤੋਂ ਜਿਹੜਾ ਆ ਸਭ ਦੇ ਮੂੰਹੋਂ ਇਹੀ ਸੁਣ ਰਹੇ ਜਿਹੜਾ ਜਿਹੜਾ ਵੀ ਕੋਈ ਜਿੱਥੇ ਜਿੱਥੇ ਬੈਠਾ ਪੰਜਾਬ ਦੇ ਵਿੱਚ ਤੇ 11 ਦਿਨ ਹੋ ਗਏ ਇੱਕ ਹੀ ਗੁੱਠ ਤੇ ਲੱਗੇ ਆ ਇੱਕ ਹੀ ਜਗ੍ਹਾ ਸਾਡਾ ਮੰਜਾ ਲੱਗਿਆ ਹੋਇਆ ਤਾਂ ਨਿਕਲ ਨੋ ਦੇ ਨਹੀਂ ਕਰਦਾ ਸੋ ਜੇ ਜਦ ਧੁੱਪ ਨਿਕਲਦੀ ਆ ਤਾਂ ਮਾੜਾ ਮਾੜਾ ਲੋਕ ਜਿਹੜੇ ਨੇ ਬਾਹਰ ਨਿਕਲਦੇ ਨੇ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਮੌਸਮ ਵਿਭਾਗ ਦਾ ਜਾਣਕਾਰੀ ਆਉਂਦੀ ਵੀ ਆ ਵੀ ਅੱਜ ਇੰਨੇ ਕ ਵਜੇ ਧੁੱਪ ਨਿਕਲੂਗੀ ਪਰ ਧੁੰਦ ਜਿਹੜੀ ਆ ਉੱਥੇ ਧੁੱਪ ਦਾ ਕੋਈ ਵਾਸ ਨਹੀਂ ਚੱਲਣ ਦਿੰਦੀ ਤੇ ਧੁੰਦ ਦੇ ਕਾਰਨ ਕਾਫੀ ਜ਼ਿਆਦਾ ਜਿਹੜੇ ਨੇ ਰੋਡ ਐਕਸੀਡੈਂਟ ਵੀ ਸਾਹਮਣੇ ਆ ਰਹੇ ਨੇ ਇੱਕ ਅੱਜ ਦੀ ਖਬਰ ਪੰਜਾਬ ਰੋਡਵੇਜ਼ ਪੱਟੀ ਦੀ ਜਿਹੜੀ ਬਾਤ ਸੀਗੀ ਅੰਮ੍ਰਿਤਸਰ ਦੇ ਚੱਬੇ ਦੇ ਕੋਲ ਗੁਰਦੁਆਰਾ ਬਾਬਾ ਨਾਨੇ ਸਿੰਘ ਨੇੜੇ ਜਿਹੜਾ ਹੈ ਨਹਿਰ ਦੇ ਵਿੱਚ ਪਲਟ ਗਈ ਖੈਰ ਸੁਖ ਦੀ ਖਬਰ ਹੈ ਆਈ ਵੀ ਸਵਾਰੀਆਂ ਦਾ ਬਚਾਅ ਹੋ ਗਿਆ ਬੱਸ ਜਿਹੜੀ ਆ ਉਹ ਨੁਕਸਾਨੀ ਗਈ ਇਹ বাস ਜਿਹੜੀ ਪੱਟੀ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀਗੀ ਤੇ ਐਵੇਂ ਜਿਹੜੇ ਨੇ ਹੋਰ ਕਈ ਥਾਵਾਂ ਤੋਂ ਹਾਦਸਿਆਂ ਦੀਆਂ ਜਿਹੜੀਆਂ ਖਬਰਾਂ ਨੇ ਸਾਹਮਣੇ ਆ ਰਹੀਆਂ ਖੰਨੇ ਦੇ ਵਿੱਚ 20 ਗੱਡੀਆਂ ਦੀ ਆਪਸ ਦੇ ਵਿੱਚ ਜਿਹੜੀ ਆ ਟੱਕਰ ਹੋਈ 20 ਵਾਹਨ ਆਪਸ ਦੇ ਵਿੱਚ ਟਕਰਾਏ ਧੁੰਦ ਦੇ ਵਿੱਚ ਨੁਕਸਾਨੇ ਗਏ ਨੇ ਤੇ ਭਾਵੇਂ ਜਿੰਨਾ ਵੀ ਸਪੀਡ ਨੂੰ ਵੀ ਧੁੰਦ ਦੇ ਵਿੱਚ ਰੱਖ ਕੇ ਕਰੀਏ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਅੱਗੇ ਕਿੱਦਾਂ ਕਿਵੇਂ ਅੱਜ ਅਸੀਂ ਵੀ ਜਿਹੜਾ ਹੈ ਤਰਨਤਾਰਨ ਤੋਂ ਜਲੰਧਰ ਦਾ ਸਫ਼ਰ ਕੀਤਾ ਤੇ ਕਾਫੀ ਜ਼ਿਆਦਾ ਧੁੰਦ ਜਿਹੜੀ ਆ ਦੇਖਣ ਨੂੰ ਮਿਲੀ ਦੇ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ 20 ਤਰੀਕ ਤੋਂ ਬਾਅਦ ਕਹਿੰਦੇ ਆ ਵੀ ਥੋੜਾ ਠੀਕ ਹੋ ਜਾਊਗਾ ਤੇ ਬਾਕੀ ਸਭ ਖੈਰ ਸੋਖਿਆ ਕੰਮਕਾਰ ਜਿਹੜੇ ਨੇ ਚੱਲੀ ਜਾਂਦੇ ਨੇ ਸਾਰਿਆਂ ਬਿਲਕੁਲ ਔਰ ਮਨਪੀਜੀ ਜਿਹੜੇ ਨੇ ਦੇਖੋ ਚਲੋ ਠੰਡ ਦੇ ਵਿੱਚ ਕਾਰਨ ਕਈ ਕੰਮ ਰੁਕ ਜਾਂ ਰੁਕੇ ਵੀ ਨੇ ਜਿਵੇਂ ਤੁਸੀਂ ਦੱਸਿਆ ਕਿ ਧੁੰਦ ਕਾਰਨ ਬੜੇ ਐਕਸੀਡੈਂਟ ਹੋ ਰਹੇ ਨੇ ਔਰ ਜਿਹੜੇ ਲੋਕ ਇੱਧੋ ਜਾਂਦੇ ਨੇ ਉਹਨਾਂ ਨੂੰ ਕਿਉਂਕਿ ਜਾ ਕੇ ਉਹਨਾਂ ਨੇ ਵੀ ਟਰੈਵਲ ਕਰਨਾ ਹੁੰਦਾ ਥੋੜੇ ਦਿਨਾਂ ਲਈ ਆਏ ਹੁੰਦੇ ਆ ਮੈਂ ਕਹਾਂਗਾ ਉਹ ਵੀ ਆਪਣਾ ਧਿਆਨ ਰੱਖਣ ਤੇ ਠੰਡ ਦੇ ਮੌਕੇ ਤੇ ਕਈ ਲੋਕ ਇਹਦਾ ਮਜ਼ਾਕ ਵੀ ੜਾਉਂਦੇ ਨੇ ਮੈਂ ਕੱਲ ਕਿਸੇ ਨੇ ਮੈਨੂੰ ਵੀਡੀਓ ਭੇਜੀ ਚ ਬੱਚਾ ਸੀ ਜੋ ਮੇਰੇ ਕਾ 12 13 ਸਾਲ ਦਾ ਉਹ ਘਰੋਂ ਰੋਲੀ ਪਾਉਂਦਾ ਬਾਹਰ ਨੂੰ ਭੱਜ ਰਿਹਾ ਆ ਕਹਿੰਦਾ ਦੇਖ ਮੈਂ ਨਹੀਂ ਕਹਿੰਦਾ ਮੰਨਦਾ ਇਹਨਾਂ ਦੀ ਗੱਲ ਕਹਿੰਦਾ ਪਹਿਲਾਂ 200 ਰੁਪਏ ਦੇ ਕੇ ਮੈਨੂੰ ਖਰੀਦਣ ਨੂੰ ਫਿਰਦੇ ਹੁਣ ਕਹਿੰਦੇ 500 ਲੈ ਲਾ ਕਹਿੰਦਾ ਮੈਨੂੰ ਮੈਨੂੰ 500 ਚ ਕਹਿੰਦਾ ਖਰੀਦ ਲੈਣਗੇ ਉਹ ਇੱਕ ਬਹੁਤ ਰਗੇ ਬਜ਼ੁਰਗ ਮਿਲਿਆ ਕਹਿੰਦਾ ਕੀ ਹੋਇਆ ਤੈਨੂੰ 500 ਚ ਕੀ ਕਰਨ ਲੱਗੇ ਕਹਿੰਦਾ ਮੈਨੂੰ ਕਹਿੰਦੇ ਨਾਲਾ ਹੁਣ ਬਹੁਤ ਦਿਨ ਹੋ ਗਿਆ ਸੋ ਇਦਾਂ ਵੀ ਠੰਡ ਅਮਰੀਕਾ ਲਈ ਕਿਉਂਕਿ ਖਾਸ ਕਰਕੇ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਸਾਧਨ ਹੈਗੇ ਆ ਅੰਦਰ ਹੀਟ ਹੁੰਦੀਆਂ ਆ ਔਰ ਸਾਰਾ ਕੁਝ ਵਾਰਮ ਹੁੰਦਾ ਪਾਣੀ ਵੀ ਗਰਮ ਹੁੰਦਾ ਕੋਈ ਪਤਾ ਨਹੀਂ ਲੱਗਦਾ ਕਿ ਬਾਹਰ ਕਿੰਨੀ ਕੁ ਠੰਡ ਹੈ ਪਰ ਖਾਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਜਾਂ ਭਾਰਤ 'ਚ ਠੰਡ ਮੰਨੀ ਜਾਂਦੀ ਹੈ ਕਿਉਂਕਿ ਇੱਕ ਤਾਂ ਫਲੋਰ ਵੀ ਠਰੀ ਹੋਈ ਹੁੰਦੀ ਆ ਕੰਧਾਂ ਵੀ ਠਰੀਆਂ ਹੋਈਆਂ ਹੁੰਦੀਆਂ ਤੇ ਫਿਰ ਉਹ ਬੰਦਾ ਨਹਾਉਣ ਤੋਂ ਵਿਚਾਰਾ ਕਿੰਨੀ ਕਤਰੋਂ ਪਰ ਮੈਨੂੰ ਯਾਦ ਹੈ ਕਿ ਮਨਪੀ ਜੀ ਕਿ ਜਦੋਂ ਅੱਜ ਤੋਂ 25-30 ਸਾਲ ਪਹਿਲਾਂ ਭਾਰਤ ਚ ਸੀਗੇ ਤੇ ਉਦੋਂ ਉੱਥੇ ਫਰੈਸ਼ ਪਾਣੀ ਦੇ ਨਾਲ ਇਵਨ ਪਾਣੀ ਗਰਮ ਵੀ ਨਹੀਂ ਨਹੀਂ ਠੰਡ ਚ ਕਰਦੇ ਸੀ ਔਰ ਘਰ ਤਾਜੇ ਪਾਣੀ ਦੇ ਬੇਸ਼ਕ ਨਲਕੇ ਦਾ ਵੀ ਕੱਢੋ ਉਹਦੇ ਚੋਂ ਵੀ ਪਾਫ ਨਿਕਲਦੀ ਸੀ ਜੇ ਟਿਊਬਲ ਤੇ ਚੱਲੇ ਗਏ ਉਹਦੇ ਚੋਂ ਵੀ ਗਰਮ ਲੱਗਦਾ ਸੀ ਉਹਦਾ ਨਜ਼ਾਰਾ ਹੀ ਵੱਖਰਾ ਬਿਲਕੁਲ ਸੁਖੀ ਜੀ ਪਾਣੀ ਹੁਣ ਵੀ ਜਿਹੜੀਆਂ ਡੂੰਗੀਆਂ ਮੋਟਰਾਂ ਦਾ ਵਾ ਕਿਤੇ ਨਾ ਕਿਤੇ ਗਰਮੀ ਆਉਂਦਾ ਚੱਕਰ ਇਹ ਆ ਵੀ ਬਹੁਤੇ ਘਰ ਜਿਹੜੇ ਨੇ ਠੰਡ ਮਹਿਸੂਸ ਤਾਂ ਕਰਦੇ ਆ ਸਾਡੇ ਘਰ ਵੀ ਅੰਦਰੇ ਅੰਦਰ ਹੋ ਗਏ ਪਹਿਲਾਂ ਬੀਬੀਆਂ ਨੇ ਚੁੱਲਿਆਂ 'ਚ ਬਾਲਣ ਬਾਲਣਾ ਉੱਥੇ ਬਹਿ ਕੇ ਰੋਟੀਆਂ ਪਕਾਈ ਜਾਣੀਆਂ ਤਿੰਨਾਂ ਚੌਵਾਂ ਜਾਣਿਆਂ ਨੇ ਚੁੱਲ੍ਹੇ ਲੋਹ ਦੇ ਅੱਗੇ ਬਹਿ ਜਾਣਾ ਨਾਲੇ ਕੋਲਿਆਂ ਤੇ ਸੇਕੀ ਜਾਣੀਆਂ ਨਾਲੇ ਅੱਗ ਸੇਕੀ ਜਾਣੀ ਨਾਲ ਖਾਈ ਜਾਣੀਆਂ ਹੁਣ ਅੰਦਰੇ ਅੰਦਰ ਘਰ ਤੇ ਹੋਵੇ ਹਰ ਚੀਜ਼ ਦਾ ਜੇ ਸੋਖਿਆ ਤੇ ਉਹਦਾ ਕਿਤੇ ਨਾ ਕਿਤੇ ਥੋੜਾ ਨੁਕਸਾਨ ਵੀ ਹੁੰਦਾ ਵੀ ਠੰਡ ਜ਼ਿਆਦਾ ਅੰਦਰਾਂ 'ਚ ਜਿੱਦਾ ਤੁਸੀਂ ਕਿਹਾ ਲੋਕਾਂ ਦੇ ਘਰਾਂ ਦੇ ਵਿੱਚ ਟਾਇਲਾਂ ਲੱਗੀਆਂ ਜ਼ਿਆਦਾ ਤੇ ਫਿਰ ਵਾਸ਼ਰੂਮਾਂ ਦੇ ਵਿੱਚ ਬੇਸ਼ੱਕ ਤੁਹਾਡੇ ਮਾਡਰਨ ਵਾਸ਼ਰੂਮ ਨੇ ਗੀਜ਼ਰ ਲੱਗੇ ਨੇ ਪਰ ਵਿਦੇਸ਼ਾਂ ਵਰਗੀਆਂ ਜਿਹੜਾ ਨਹੀਂ ਹੈਗਾ ਵੀ ਹਰ ਜਗ੍ਹਾ ਤੇ ਤੁਹਾਡੇ ਹੀਟ ਆ ਤੇ ਕੋਸਾ ਪਾਣੀ ਅਜੇ ਵੀ ਮੋਟਰਾਂ ਦਾ ਆਉਂਦਾ ਉਹ ਸਾਨੂੰ ਮਹਿਸੂਸ ਤਾਂ ਨਹੀਂ ਹੁੰਦਾ ਵੀ ਸਾਡੀਆਂ ਰਸੋਈਆਂ 'ਚ ਵੀ ਗੀਟਰ ਲੱਗ ਗਏ ਚਲ ਫਿਰ ਤੱਤੇ ਪਾਣੀਆਂ ਦੇ ਨਾਲ ਜਿਹੜੇ ਭਾਂਡੇ ਧੋਣ ਲੱਗ ਗਏ ਹਨਾ ਤੇ ਉਸ ਪਾਣੀ ਦਾ ਸਿੱਟਜਾਂ ਤਾਜ਼ਾ ਮੋਟਰ ਛੱਡ ਕੇ ਪਾਣੀ ਭਰਨਾ ਤੇ ਉਹਦਾ ਨਿਗ ਹੋਣਾ ਤੇ ਹੁਣ ਟੈਂਕਿੰਗਾਂ ਰੱਖਣਾ ਹੋਈਆਂ ਨੇ ਘਰਾਂ ਦੀਆਂ ਸ਼ਰਤਾਂ ਦੇ ਤੇ ਉਹਦੇ 'ਚ ਗਲੇ ਅਰਗਾ ਠੰਡਾ ਪਾਣੀ ਆਉਂਦਾ ਤੇ ਜਿਵੇਂ ਤੁਸੀਂ ਨਹਾਉਣ ਦੀ ਗੱਲ ਕੀਤੀ ਤੇ ਤੁਹਾਨੂੰ ਪਤਾ ਨੌਜਵਾਨ ਮੁੰਡੇ ਤਾਂ ਵੈਸੇ ਹੀ ਬੜੇ ਸ਼ੁਕੀਨ ਹੁੰਦੇ ਆ ਤੇ ਤਿਆਰ ਬਿਆਰ ਹੋ ਕੇ ਵਿਆਹਾਂ ਸ਼ਾਦੀਆਂ ਤੇ ਜਾਂਦੇ ਤੇ ਨੌਜਵਾਨ ਮੁੰਡੇ ਦੀ ਤੁਹਾਨੂੰ ਗੱਲ ਦੱਸਦੀ ਆ ਸਾਡੇ ਘਰ ਦੀ ਗੱਲ ਭਾਂਡ ਜਾ ਮੇਰਾ ਆਹੋ ਦੋ ਤਿੰਨ ਦਿਨਾਂ ਤੋਂ ਡੈਡੀ ਉਹਨਾਂ ਦੇ ਨਾਲ ਕਿਤੇ ਬਾਹਰ ਵਿਆਹ ਸ਼ਾਦੀਆਂ ਤੇ ਜਾਵੇ ਤਾਂ ਨਾਵੇ ਹੈ ਹੀ ਨਾ ਉਮੀ ਜਾਈ ਜਾਵੇ ਤੇ ਮੈਂ ਕਿਹਾ ਵੀ ਤੂੰ ਨਾ ਇਹ ਨੂੰ ਕਿ ਨਹੀਂ ਜਾਂਦਾ ਹਲਾ ਕਹਿੰਦਾ ਅਜੇ ਨਾ ਮੇਰੇ ਕੋਲੋਂ ਮਾਸੀ ਕਹਿੰਦਾ ਬਦਗੋਲੀਆਂ ਆਉਣ ਲੱਗੀ ਮੈਨੂੰ ਆਪਣੇ ਕੋਲ ਸੁਮੈਲ ਹੀ ਨਹੀਂ ਆਉਂਦੀ ਤੇ ਕਹਿੰਦਾ ਠੰਡ ਇੰਨੀ ਨਾ ਆਣੀ ਸੋ ਹਾਲ ਆਹ 500 ਦੇ ਨੋਟ ਵਾਲਾ ਵੀ ਨਾ ਹੁਣ ਤੋਂ ਸੱਚੀ ਜਿੰਨੀ ਠੰਡ ਪੈ ਰਹੀ ਆ ਵੀ ਡਰਦੇ ਨੇ ਸਾਰੇ ਸਿਆਣੇ ਵੀ ਤੇ ਨਿਆਣੇ ਵੀ ਬਿਲਕੁਲ ਜੀ ਔਰ ਮਨਪੀਜੀ ਪਾਣੀ ਦੀ ਗੱਲ ਕੀਤੀ ਪਾਣੀ ਤੋਂ ਇੱਕ ਖਬਰ ਜਿਹੜੀ ਪਹੁੰਚੀ ਆ ਬੜੀ ਦੁਖਦਈ ਖਬਰ ਪਹੁੰਚੀ ਆ ਕਿ ਕਿਸਤੀ ਪਲਟਣ ਦੇ ਨਾਲ 12 ਮੌਤਾਂ ਹੋਈਆਂ ਨੇ ਇਹ ਕਿਹੜੇ ਮੁਲਕ ਚ ਹੋਈਆਂ ਜਾਂ ਕਿਹੜੇ ਸ਼ਹਿਰ ਦੇ ਵਿੱਚ ਹੋਈਆਂ ਕੀ ਕਾਰਨ ਇਹਨਾਂ ਦਾ ਹੋਇਆ ਕੀ ਗੁਜਰਾਤ ਦੇ ਵਡੋਦਰਾ ਦੇ ਵਿੱਚ ਜਿਹੜੀ ਹੈ ਕਿਸ਼ਤੀ ਪਲਟਣ ਦੀ ਖਬਰ ਸਾਹਮਣੇ ਆਈ ਵੱਡਾ ਹਾਦਸਾ ਵਾਪਰਿਆ ਹੈ ਤੇ ਹੁਣ ਤੱਕ 10 ਬੱਚਿਆਂ ਦੀ ਜਿਹੜੀ ਮੌਤ ਦੀ ਖਬਰ ਜਿਹੜੀ ਸਾਹਮਣੇ ਆਈ ਆ ਤੇ ਇਹ ਹਾਦਸਾ ਜਿਹੜਾ ਹਰਨੀ ਛੀਲ ਦੇ ਵਿੱਚ ਸੁਖੀਜੀ ਵਾਪਰਿਆ ਜਿੱਥੇ ਇੱਕ ਸਕੂਲ ਦੇ ਬੱਚੇ ਜਿਹੜੇ ਨੇ ਸੈਰ ਕਰਨ ਗਏ ਹੋਏ ਸੀ ਤੇ ਜੋ ਇਨਫੋਰਮੇਸ਼ਨ ਆਈ ਵੀ ਬੱਚੇ ਕਿਸ ਨੇ ਨਹੀਂ ਲਾਈਫ ਜੈਕਟ ਨਹੀਂ ਸੀ ਪਾਈ ਹੋਈ ਤੇ ਇਹਦੇ ਲਈ ਹਾਦਸੇ ਤੋਂ ਬਾਅਦ ਉਹਨਾਂ ਨੂੰ ਬਚਾਉਣਾ ਜਿਹੜਾ ਸੀਗਾ ਹੋਰ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਸੀਗਾ ਤੇ ਫਿਲਹਾਲ ਕੁਝ ਬੱਚਿਆਂ ਤੇ ਵਿਦਿਆਰਥੀਆਂ ਨੂੰ ਤੋਂ ਸੁਰੱਖਿਅਤ ਬਾਹਰ ਵੀ ਕੱਢਿਆ ਗਿਆ ਹੈ ਪਰ 10 ਵਿਦਿਆਰਥੀਆਂ ਦੀ ਮੌਤ ਨੇ ਜਿਹੜਾ ਹੈ ਉਹ ਪ੍ਰਸ਼ਾਸਨ ਤੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਕੀਤੇ ਨੇ ਵੀ ਕਿਵੇਂ ਜਾਉਂ ਤੇ ਡਿਊਟੀਆਂ ਵੀ ਹੁੰਦੀਆਂ ਨੇ ਵੀ ਜੇ ਕਿਸ਼ਤੀ ਤੇ ਬੱਚੇ ਸਵਾਰ ਹੋਏ ਤੇ ਲਾਈਫ ਜੈਕ ਕਿਉਂ ਨਹੀਂ ਉਹਨਾਂ ਨੂੰ ਪਹਿਨਾਈਆਂ ਗਿਆ ਜਾਂ ਉਹਨਾਂ ਨੇ ਕਿਉਂ ਨਹੀਂ ਪਾਈਆਂ ਟੀਚਰਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਆ ਰਹੇ ਨੇ ਔਰ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਵੀ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ ਤੇ ਉਹਨਾਂ ਨੇ ਵੀ ਕਿਹਾ ਗਿਆ ਹੈ ਕਿ ਬਹੁਤ ਦੁਖਦਾਈ ਘਟਨਾ ਹੈ ਤੇ ਬੱਚਿਆਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕੀਤੀ ਆ ਪ੍ਰਸ਼ਾਸਨ ਨੂੰ ਰਾਹਤ ਕਾਰਜ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਔਰ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚੇ ਤੇ ਰੋ ਰੋ ਕੇ ਉੱਥੇ ਸਭ ਦਾ ਬੁਰਾ ਹਾਲ ਸੀ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵਾਕਈ ਬੜਾ ਦੁਖਦਾਈ ਹਾਦਸਾ ਵਾਪਰਿਆ ਹੈ ਕਈ ਵਾਰੀ ਸਾਡੀਆਂ ਆਪਣੀਆਂ ਗਲਤੀਆਂ ਦੇ ਕਰਕੇ ਅਸੀਂ ਕਿਵੇਂ ਦੀਆਂ ਦੁਰਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਆ ਤੇ ਸਿੱਖਿਆ ਵੀ ਦੇ ਜਾਂਦੀਆਂ ਨੇ ਇਹੋ ਜਿਹੀਆਂ ਦੁਰਘਟਨਾਵਾਂ ਪਰ ਸਮਝਣ ਵਾਲੇ ਜਿਹੜੇ ਉਹ ਨਹੀਂ ਸਮਝਦੇ ਤੇ ਜਿਹੜੇ ਸਮਝਦਾਰ ਹੁੰਦੇ ਨੇ ਉਹ ਇਹੋ ਜਿਹੀ ਗਲਤੀ ਕਰਦੇ ਨਹੀਂ ਜੀ ਦੋਸਤੋ ਤੁਸੀਂ ਇਸ ਟਾਈਮ ਬਤਰ ਨੂੰ ਦੂਰ ਦੇ ਨਾਲ ਜੁੜੇ ਹੋਏ ਹੋ ਕੋ ਤੁਹਾਡਾ ਸਵਾਲ ਹੋਵੇ ਜਾਂ ਤੁਸੀਂ ਮਨਪ੍ਰੀਤ ਹੋਰਾਂ ਨੂੰ ਪੁੱਛਣਾ ਚਾਹੋ ਜਾਂ ਸਾਡੇ ਤੱਕ ਆਪਣਾ ਕੋਈ ਮੈਸੇਜ ਪਹੁੰਚਾਉਣਾ ਚਾਹੋ ਔਰ ਨੰਬਰ ਹੈ 905799099 ਔਰ ਮਹਿਸੂਕੀ ਨੀਜਰ ਤੁਹਾਡੇ ਨਾਲ ਜਲੰਧਰ ਤੋਂ ਮਨਪ੍ਰੀਤ ਹੋਰੀ ਦੇ ਨਾਲ ਮੇਰੇ ਪਵਨ ਤਲਵਾਰ ਜੀ ਸਾਥ ਦੇ ਰਹੇ ਹਨ ਔਰ ਸਾਡੀ ਟੀਮ ਨਾਲ ਦੀ ਨਾਲ ਰੀਅਲ اسٹیਟ ਦਾ ਕੰਮ ਵੀ ਕਰਦੀ ਹੈ ਰੀਅਲ اسٹیਟ ਦੇ ਸਬੰਧ ਵਿੱਚ ਵੀ ਤੁਹਾਨੂੰ ਬਾਰ ਬਾਰ ਦੱਸ ਦਿਆਂ ਕਿ ਆਉਣ ਵਾਲੇ 24 ਤਰੀਕ ਨੂੰ ਸ਼ਾਇਦ ਕੈਨੇਡਾ ਗਵਰਨਮੈਂਟ ਜਿਹੜੀ ਹੈਗੀ ਇੱਕ ਵੱਡਾ ਐਲਾਨ ਕਰੇਗੀ ਥੋੜੀ ਜਿਹੀ ਰਾਹਤ ਮਿਲੇਗੀ ਇੰਟਰਸਟ ਰੇਟ ਦੇ ਵਿੱਚ ਤੇ ਵੈਸੇ ਵੀ ਹੁਣ ਜਿਹੜੀਆਂ ਕੀਮਤਾਂ ਆ ਜਿਹੜੀਆਂ ਦੀ ਤੁਹਾਨੂੰ ਪਤਾ ਪਹਿਲਾਂ ਨਾਲੋਂ ਕਾਫੀ ਡ੍ਰੌਪ ਹੋਈਆਂ ਬਾਇਰ ਦੀ ਮਾਰਕੀਟ ਹੈਗੀ ਆ ਜੇ ਕੁਝ ਖਰੀਦਣਾ ਚਾਹੋ ਹੁਣ ਥੋੜੇ ਜੇ ਗੇਂਦੇ ਹੁੰਦੇ ਆ ਕੋਈ ਵੀ ਚੀਜ਼ ਪਵਨ ਜੀ ਮੈਂ ਗੱਲ ਕਰਦਾ ਹਾਂ ਬਿਲਕੁਲ ਜੀ ਜੇ ਜਦੋਂ ਤੁਸੀਂ ਕੋਈ ਵੀ ਚੀਜ਼ ਖਰੀਦਣੀ ਹੈ ਨਾ ਮਤਲਬ ਕੋਈ ਖਾਸ ਕਰਕੇ ਪ੍ਰਾਪਰਟੀ ਉਹ ਪਹਿਲਾਂ ਤੁਹਾਨੂੰ ਮਹਿੰਗੀ ਲੱਗਦੀ ਆ ਜੀ ਉਹ ਮੁੜ ਕੇ ਫਿਰ ਆਪੇ ਆਟੋ ਪਾਇਲਟ ਤੇ ਲੱਗ ਜਾਂਦੀ ਪਤਾ ਵੀ ਨਹੀਂ ਲੱਗਦਾ ਕਿ ਇਹਨੇ ਸਾਲ ਹੋ ਗਏ ਇੰਨੀਆਂ ਕਿਸ਼ਤਾਂ ਚੱਲ ਗਈਆਂ ਜਾਂ ਇੰਨੀ ਮਹਿੰਗੀ ਹੋ ਗਈ ਜਾਂ ਇਹਨੇ ਡਾਉਨ ਪੇਮੈਂਟ ਚਲੇਗੀ ਪਰ ਪਹਿਲਾਂ ਪਹਿਲਾਂ ਜਰੂਰ ਥੋੜਾ ਜਿਹਾ ਲੱਗਦਾ ਕਿ ਨਹੀਂ ਹਲੇ ਰੁਕ ਜਿਓ ਸ਼ਾਇਦ ਸਸਤੀ ਹੋ ਜੇ ਪਰ ਮੇਰੇ ਖਿਆਲ ਚ ਪ੍ਰਾਪਰਟੀ ਕਦੀ ਵੀ ਕਿਸੇ ਦੁਨੀਆ ਦੀ ਬਹੁਤ ਘਟਿਆ ਜਿੱਥੇ ਸਸਤੀ ਹੋਈ ਹੋਵੇ ਪ੍ਰਾਪਰਟੀ ਆਲਵੇਸ ਵਧਦੀ ਰਹਿੰਦੀ ਕਿਉਂਕਿ ਲੋਕ ਵਧ ਜੰਦੇ ਆ ਰਹਿਣ ਦੀਆਂ ਜਗਾਵਾਂ ਜਿਹੜੀਆਂ ਉਹ ਘਟੀ ਜਾਂਦੀਆਂ ਹੌਣੇ ਬਨ ਜਿਪਾ ਪੰਜਾਬ ਵਾਲੀ ਚਾਤ ਮਾਰੀਏ ਹੁਣ ਪੰਜਾਬ ਦੇ ਵਿੱਚ ਜਿਹੜਾ ਖੇਤੀਬਾੜੀ ਦਾ ਕੰਮ ਕਰਦੇ ਜਿਹੜੇ ਕਿਸਾਨ ਜਿੱਥੇ ਕਰਦੇ ਸੀ ਹੁਣ ਉਹਨਾਂ ਚ ਟਾ ਹਾਈਵੇ ਆ ਗਿਆ ਬਿਲਕੁਲ ਹਾਈਵੇ ਦੇ ਨਾਲ ਫਿਰ ਬਿਲਡਿੰਗਾਂ ਬਣਨੀਆਂ ਤੇ ਉਹ ਜ਼ਮੀਨ ਤਾਂ ਆਪੇ ਘਟੀ ਜਾਣੀ ਬਿਲਕੁਲ ਹਾਂਜੀ ਸੋ ਕਾਰਨ ਇਹ ਹੈ ਕਿ ਜਦੋਂ ਵੀ ਤੁਸੀਂ ਇਹ ਚੀਜ਼ ਨੂੰ ਜੇ ਲੈ ਲਓ ਕੋਈ ਪ੍ਰਾਪਰਟੀ ਖਰੀਦਣ ਉਹਦੋਂ ਹੀ ਕਹਿੰਦੇ ਸ਼ੁਰੂਆਤ ਹੈ ਸੋ ਸਾਡੀ ਟੀਮ ਦੀ ਕੋਈ ਵੀ ਤੁਸੀਂ ਹੈਲਪ ਚਾਹੁੰਦੇ ਹੋ ਇਹ ਸਾਡਾ ਆਫਿਸ ਹੈ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਜੂਨਰ ਨੰਬਰ 143 ਇਥੋਂ ਤੁਹਾ ਸਾਡੀ ਟੀਮ ਜਿਹੜੀ ਹੈ ਤੁਹਾਡੀ ਮਦਦ ਕਰ ਸਕਦੀ ਹੈ ਬੇਸ਼ੱਕ ਤੁਸੀਂ ਪੰਜਾਬ ਚ ਕੋਈ ਖਰੀਦਣੀਆਂ ਵੇਚਣੀਆਂ ਬੇਸ਼ੱਕ ਤੁਸੀਂ ਇਥੇ ਜੀਟੀਏ ਦੇ ਵਿੱਚ ਕਿਚਨਰ ਵਾਟਰਲੂ ਨਾਗਰਾਫਾਲ ਹਮਿਲਟਨ ਸਟੋਨੀ ਕ੍ਰੀਕ ਬ੍ਰਮਟਨ ਮਿਸਾਗਾ ਕਿਤੇ ਵੀ ਆਸ-ਪਾਸ ਤੁਸੀਂ ਚੀਜ਼ ਲੱਭ ਰਹੇ ਹੋ ਜਦ ਬੇਚਣੀ ਚਾਹੋ ਨਿਓ ਸਾਡੀ ਟੀਮ ਦੀ ਸਵਾਮਾ ਲੈ ਸਕਦੇ ਹੋ 416 803 0990 ਤੇ ਸੋ ਪਵਨ ਜੀ ਆਪਾ ਸੋਸ਼ਲ ਮੀਡੀਆ ਤੇ ਖੋਰ ਜੀਸ ਕੱਲ ਦੀ ਬੜੀ ਵਾਇਰਲ ਹੋ ਰਹੀ ਆ ਜੀ ਸੁਖਪਾਲ ਖਹਿਰਾ ਹੋਰਨ ਵਾਪਸ ਆਏ ਨੇ ਤੇ ਉਹ ਵੀ ਹੁਣ ਵੱਖਰੀਆਂ ਵੱਖਰੀਆਂ ਕਾਨਫਰੰਸ ਕਰ ਰਹੇ ਨੇ ਔਰ ਬੜਾ ਏਮੋਸ਼ਨਲ ਜਿਹਾ ਹੋ ਕੇ ਵੀ ਉਹਨਾਂ ਨੇ ਇੱਕ ਸਪੀਚ ਦਿੱਤੀ ਮੀਡੀਆ ਦੇ ਸਾਹਮਣੇ ਉਹ ਵੀ ਬੜੀ ਇੱਕ ਤਰ੍ਹਾਂ ਦੀ ਹੈ ਕਿ ਇਹ ਸਮਝ ਨਹੀਂ ਆਉਂਦਾ ਜੀ ਦੇਖੋ ਇੱਥੇ ਵੀ ਸਰਕਾਰਾਂ ਬਣਦੀਆਂ ਇਹਨਾਂ ਮੁਲਕਾਂ 'ਚ ਹਾਂਜੀ ਪਰ ਇਥੇ ਇਹ ਨਹੀਂ ਕਿ ਜੇ ਤੁਸੀਂ ਜਿੱਤ ਗਏ ਤਾਂ ਦੂਸਰਿਆਂ ਨੂੰ ਫੜ ਲਓ ਨਾ ਬਲੋ ਪਰ ਉੱਥੇ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਸੱਤਾ 'ਚ ਆ ਉਹ ਸੱਤਾ 'ਚ ਰਹਿਣ ਦੀ ਕੋਸ਼ਿਸ਼ ਲੱਗਿਆ ਹੋਇਆ ਕਿ ਮੈਂ ਇੱਥੇ ਰਵਾਂ ਤੇ ਜਿਹੜਾ ਬਾਹਰ ਆ ਉਹ ਕੋਸ਼ਿਸ਼ ਕਰਦਾ ਕਿ ਮੈਂ ਇਸ ਸੱਤਾ ਚਾਜ ਮਾ ਫਟਾਫਟ ਬਿਲਕੁਲ ਆਪਾਂ ਪੰਜਾਬ ਦੀ ਰਾਜਨੀਤੀ ਦੀ ਗੱਲਬਾਤ ਕਰਦੇ ਹੈਗੇ ਆ ਸੁਖਵਾਲ ਸਿੰਘ ਖੈਰਾ ਦਾ ਬਹੁਤ ਵੱਡਾ ਇੱਕ ਕਾਦੇ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਔਰ ਉਹ ਪਿਛਲੀਆਂ ਸਰਕਾਰਾਂ ਦੇ ਵਿੱਚ ਮੁੱਖ ਵਿਰੋਧੀ ਧਿਰ ਨੇਤਾ ਵੀ ਰਹੇ ਹੈਗੇ ਨੇ ਔਰ ਇਸ ਵੇਲੇ ਆਪਾਂ ਨੂੰ ਪਤਾ ਸੀਗਾ ਕਿ ਪਿਛਲੇ ਤਕਰੀਬਨ 1 ਸਾਲ ਤੋਂ ਉਹ ਅੱਛੇ ਬੁਲਾਰੇ ਦੇ ਵਜੋਂ ਸਮਝ ਆ ਰਹੇ ਸੀਗੇ ਔਰ ਉਹਨਾਂ ਨੇ ਜਿੰਨੇ ਵੀ ਜੜੀਆਂ ਵੀ ਜਿੱਥੇ ਵੀ ਕਿਤੇ ਲੱਗਾ ਕਿ ਉਹਨਾਂ ਨੂੰ ਸਰਕਾਰ ਦੇ ਖਿਲਾਫ ਬੋਲਣਾ ਚਾਹੀਦਾ ਆ ਤੇ ਉਹਨਾਂ ਨੇ ਆਪਣੀ ਆਵਾਜ਼ ਜਿਹੜੀ ਹੈਗੀ ਜੀ ਉਹ ਬੁਲੰਦ ਕੀਤੀ ਮੈਂ ਸਮਝਦਾ ਕਿ ਦੋ ਲੀਡਰ ਪੰਜਾਬ ਦੇ ਇਸ ਵੇਲੇ ਇੱਕ ਸੁਖਪਾਲ ਸਿੰਘ ਖਹਿਰਾ ਤੇ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਕੋਲ ਕਾਫੀ ਜ਼ਿਆਦਾ ਇਸ ਵੇਲੇ ਕਹਿ ਸਕਦੇ ਆ ਕਿ ਇਨਫੋਰਮੇਸ਼ਨ ਹੈ ਉਹਨਾਂ ਦੇ ਵਿੱਚ ਗੱਲ ਕਰਨ ਦੀ ਕਾਬਲੀਅਤ ਹੈਗੀ ਆ ਤੇ ਉਹ ਆਪਣੀ ਗੱਲ ਰੱਖ ਵੀ ਸਕਦੇ ਨੇ ਤੇ ਜਿਵੇਂ ਆਪਾਂ ਹੁਣ ਗੱਲ ਕੀਤੀ ਆ ਕਿ ਦੇਖੋ ਕਿਸੇ ਵੀ ਸਰਕਾਰ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਣ ਦੇ ਲਈ ਵਿਰੋਧੀ ਧਿਰ ਦਾ ਚੰਗਾ ਹੋਣਾ ਔਰ ਸਸ਼ਕਤ ਹੋਣਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਜਿਹੜੀਆਂ ਸਰਕਾਰਾਂ ਨੇ ਉਹ ਆਪਣਾ ਵੀ ਕੰਮ ਦੀ ਜਿਹੜੀ ਡਿਲੀਵਰੀ ਹੈਗੀ ਆ ਉਹ ਵਧੀਆ ਕਰ ਸਕਦੀਆਂ ਨੇ ਤੇ ਇਸ ਇਸ ਮਾਮਲੇ ਦੇ ਵਿੱਚ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਔਰ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਤੇ ਨਾਲ ਦੀ ਨਾਲ ਹੀ ਉਸੇ ਦਿਨ ਜਿਹੜਾ ਹੈਗਾ ਜੀ ਦੂਸਰੀ ਵਾਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਦੁਬਾਰਾ ਜੇਲ੍ਹ ਭੇਜਿਆ ਗਿਆ ਤੇ ਫਿਰ ਉਹਨਾਂ ਨੂੰ ਦੁਬਾਰਾ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਲੈਣੀ ਪਈ ਔਰ ਦੱਸਿਆ ਜਾ ਰਿਹਾ ਹੈ ਕਿ ਕੱਲ ਵੀ ਉਹਨਾਂ ਦੀ ਜਿਹੜੀ ਉਹ ਜਿਹੜੀ ਜ਼ਮਾਨਤ ਦੇ ਉੱਤੇ ਸਰਕਾਰ ਨੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਰਾਹਤ ਹੈਗੀ ਆ ਉਹ ਮਿਲ ਗਈ ਤੇ ਹੁਣ ਲੱਗਦਾ ਕਿ ਹੁਣ ਤਕਰੀਬਨ ਜਿਹੜਾ ਹੈ ਜੀ ਇਹ ਕੇਸ ਹੈਗਾ ਆ ਇਹ ਹੁਣ ਬਾਹਰ ਰਹਿ ਕੇ ਉਹ ਆਪਣਾ ਲੜ ਸਕਦੇ ਨੇ ਆਪਣਾ ਪੱਖ ਜਿਹੜਾ ਹੈਗਾ ਪੇਸ਼ ਕਰਦੇ ਨੇ ਗੱਲ ਕਰਦੇ ਆ ਜਿਹੜੀ ਉਹਨਾਂ ਦੀ ਇੰਟਰਵਿਊ ਦੀ ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉੱਥੇ ਬੈਠੇ ਸੀਗੇ ਔਰ ਨਾਲ ਦੇ ਨਾਲ ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਵੀ ਨਾਲ ਜਿਹੜੇ ਹੈਗੇ ਜੀ ਉਹ ਖੜੇ ਸੀਗੇ ਸਾਰੀ ਪ੍ਰੈਸ ਕਾਨਫਰੰਸ ਵਿੱਚ ਦੋ ਜਾਂ ਤਿੰਨ ਵਾਰੀ ਇਹੋ ਜਿਹਾ ਪਾਵੂਕਪਲ ਆਏ ਜਦੋਂ ਉਹ ਦੋਨੇ ਜਿਹੜੇ ਹੈਗੇ ਜੀ ਬਾਪ बेटा ਪਾਵੂਕ ਵੀ ਹੋਏ ਕਿਉਂਕਿ ਆਬਵੀਅਸਲੀ ਜੀ ਇਹ ਚੀਜ਼ ਦਾ ਫਰਕ ਪੈਂਦਾ ਕਿ ਜਦੋਂ ਤੁਹਾਡਾ ਆਪਣੀ ਫੈਮਿਲੀ ਦਾ ਕੋਈ ਬੰਦਾ ਜਿਹੜਾ ਹੈਗਾ ਜੀ ਅੰਦਰ ਹੋਵੇ ਤੇ ਤੁਸੀਂ ਫਿਰ ਪੂਰੀ ਜਦੋਜਹਿਦ ਕਰਦੇ ਹੈਗੇ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਉਹਨੂੰ ਇਨਸਾਫ ਹੀ ਮਿਲੇ ਪਰ ਹਾਂ ਇਹ ਗੱਲ ਆ ਰਹੀ ਹੈਗੀ ਆ ਕਿ ਰਾਜਨੀਤੀ ਜਿਹੜੀ ਹੈਗੀ ਆ ਜੀ ਉਹ ਇਸ ਲੈਵਲ ਤੇ ਨਹੀਂ ਹੋਣੀ ਚਾਹੀਦੀ ਕਿ ਆਪਾਂ ਬਿਲਕੁਲ ਵਿਰੋਧੀ ਧਿਰ ਦੀ ਜਿਹੜੀ ਆਵਾਜ਼ ਹੈਗੀ ਆ ਉਹ ਬੰਦ ਕਰ ਦਈਏ ਮੁੱਦਿਆਂ ਦੇ ਉੱਤੇ ਜਿਹੜੀ ਹੈਗੀ ਡਿਬੇਟ ਹੋਣੀ ਚਾਹੀਦੀ ਆ ਔਰ ਕਿਸੇ ਦੀ ਆਵਾਜ਼ ਨੂੰ ਧੱਕੇ ਨਾਲ ਬੰਦ ਕਰਾਉਣਾ ਮੈਨੂੰ ਲੱਗਦਾ ਨਹੀਂ ਇਹ ਕੋਈ ਜਾਇਜ਼ ਕੰਮ ਹੈਗਾ ਜੀ ਬਿਲਕੁਲ ਔਰ ਹੁਣ ਆਲਦੀ ਨਾਲ ਆਪਣੀ ਥੋੜੀ ਜਿਹੀ ਸਪான்ਸਰਾਂ ਦੇ ਸੰਦੇਸ਼ ਵੀ ਪੜ੍ਹ ਲਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਬੁਡਬਾਈਂਡ ਬੈਂਕੋਟਾਲ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹਾਂ ਜਿਹੜਾ ਕੇਟੋਪੀਕੋ ਦੇ ਵਿੱਚ ਬਹੁਤ ਹੀ ਖੂਬਸੂਰਤ ਬੈਂਕੋਟਾਲ ਹੈ ਔਰ ਤਕਰੀਬਨ ਹਜ਼ਾਰ ਬੰਦੇ ਤੋਂ ਲੈ ਕੇ ਤੁਸੀਂ ਜਿੰਨੇ ਦੀ ਚਾਹੋਂ ਪਾਰਟੀ ਕਰ ਸਕਦੇ ਹੋ ਨੰਬਰ ਹੈ 4167430003 ਅਤੇ ਇਸ ਦੇ ਨਾਲ ਨਾਲ ਦੂਰ ਦਰੇਡੇ ਜਾਣ ਲਈ ਤੁਸੀਂ ਗੱਡੀ ਕਿਰਾਏ ਤੇ ਕਰਨੀ ਆ ਵੀਕਐਂਡ ਆ ਰਿਹਾ ਤੇ ਜ਼ੂਮ ਕਾਰ ਤੇ ਟਰੱਕ ਰੈਂਟਰ ਦੀਆਂ ਸਵਾਲਾਂ ਲੈ ਲਓ 4163184000 ਪੀਜ਼ਾ ਡੀਪੋ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੋਂ ਆਸ-ਪਾਸ ਨੇ 9057929711 ਕਮਦੀਪਾਲ ਦੇ ਵਿੱਚੋਂ ਤੇ ਕ੍ਰਾਸ ਮਰਜ ਏਜੰਸੀ ਨਾਲ ਸੰਪਰਕ ਕਰ ਲਓ 9052267373 ਫਰਨੀਚਰ ਦੀ ਖਰੀਦਾਰੀ ਕਰਨੀ ਹੈ ਤੇ ਸਟੀਵਨ ਫਰਨੀਚਰ 4166708572 ਔਰ ਸਿੰਗਾਪੁਰ ਜੁਲਰ ਤੁਹਾਡੇ ਲਈ ਜਿਹੜਾ ਹੈਗਾ 에어ਪੋਰਟ ਰੋਡ ਦੇ ਉੱਤੇ ਆ ਜਿੱਥੇ ਕਿ ਸਪੈਸ਼ਲ ਸੇਲ ਤੁਹਾਡੀ ਚੱਲ ਰਹੀ ਹੈ ਡਾਇਮੰਡ ਦੀ ਚੌਧਰੀ ਦੇ ਉੱਤੇ ਤੁਸੀਂ ਕਿਸੇ ਲਈ ਵੀ ਗਿਫਟ ਲੈਣਾ ਆਪਣੇ ਆਪ ਲਈ ਕੋਈ ਸੋਨੇ ਦੀ ਡਾਇਮੰਡ ਦੀ ਚੀਜ਼ ਲੈਣੀ ਹੈ ਜਾਂ ਫਿਰ ਆਪਣੇ ਕਿਸੇ ਚਾਹਣ ਵਾਲੇ ਰਿਸ਼ਤੇਦਾਰ ਸੱਜਣ ਮਿੱਤਰ ਤੇ ਲਈ ਲੈਣੀ ਹੈ ਸਿੰਗਾਪੁਰ ਜੁਲਰ ਤੇ ਪਹੁੰਚ ਜਾਓ 70% ਤੁਹਾਨੂੰ ਡਿਸਕਾਊਂਟ ਮਿਲੇਗਾ 905 612 1500 ਤੱਕ ਹਾਲ ਕੀਤੀ ਜਾ ਸਕਦੀ ਹੈ ਟੈਲੀਟਾਈਮ ਇਲੈਕਟ੍ਰੋਨਿਕ ਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਸੋਨੂ ਘੁਰਾਨਾ ਨਾਲ ਗੱਲਬਾਤ ਕਰੀਏ ਕਿਸੇ ਕਾਰਨ ਲਾਈਨ ਨਹੀਂ ਮਿਲ ਪਾਈ ਪਟਲੀਟੈਮ ਇਲੈਕਟ੍ਰੋਨਿਕ ਦੇ ਉੱਤੇ ਵੀ ਜਿਹੜੀ ਆ ਸੇਲ ਇਸ ਟਾਈਮ ਚੱਲ ਰਹੀ ਹੈਗੀ ਆ ਤੁਸੀਂ ਕਾਫੀ ਜਿਹੜੇ ਪੈਸੇ ਆ ਜਿਹੜੇ ਡਾਲਰ ਆ ਉਹ ਬਚਾ ਸਕਦੇ ਹੋ ਜੀ ਜੀ ਬਿਲਕੁਲ ਔਰ ਇੱਕ ਵੱਡੀ ਖਬਰ ਜਿਹੜੀ ਹੈ ਜੀ ਉਹ ਵੀ ਚੰਡੀਗੜ੍ਹ ਤੋਂ ਵੀ ਆ ਰਹੀ ਹੈਗੀ ਹੈ ਜਿਵੇਂ ਕਿ ਆਪਾਂ ਗੱਲ ਕੀਤੀ ਨਾ ਜੀ ਕਹਿੰਦੇ ਜੀ ਜਦੋਂ ਫਿਰ ਸਰਕਾਰ ਬਣ ਜਾਂਦੀ ਹੈ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੋ ਜਾਂਦੇ ਹੋ ਫਿਰ ਥੋੜੀ ਜੀ ਤਕੈਸ਼ਾਈ ਚੱਲਦੀ ਹੈ ਔਰ ਇਹੀ ਤਕੈਸ਼ਾਈ ਦਾ ਸਿਲਸਿਲਾ ਜਿਹੜੀ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਕਿਉਂਕਿ ਉੱਥੇ ਇਹ ਜਿਹੜੀ ਜੀ ਸਰਕਾਰ ਹੈਗੀ ਆ ਮੇਅਰ ਦੀ ਇਲੈਕਸ਼ਨ ਸੀਗੀ ਮੇਅਰ ਦੀ ਇਲੈਕਸ਼ਨ ਦੇ ਵਿੱਚ ਤਕਰੀਬਨ ਬਹੁਤ ਦਿਲਚਸਪ ਇਹ ਇਲੈਕਸ਼ਨ ਬਣੀ ਹੋਈ ਆ ਤੇ ਕਿਉਂਕਿ 35 ਮੈਂਬਰ ਜਿਹੜੀ ਹੈਗੀ ਆ ਚੰਡੀਗੜ੍ਹ ਮਿਊਸਪਲ ਕਾਰਪੋਰੇਸ਼ਨ ਦੇ ਵਿੱਚੋਂ 14 ਜਿਹੜੇ ਹੈਗੇ ਆ ਉਹ ਬੀਜੇਪੀ ਦੇ ਸੀਗੇ ਤੇ ਆਪ ਦੇ ਕੋਲ 13 ਕੌਂਸਲਰ ਹੈਗੇ ਨੇ ਤੇ ਉਹਦੇ ਨਾਲ ਦੇ ਨਾਲ ਗੱਲਬਾਤ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਵੀ ਇੱਕ ਕੌਂਸਲਰ ਉਸ ਮੇਅਰ ਦੀ ਚੋਣ ਦੇ ਵਿੱਚ ਸੀਗਾ ਅ ਦੀ ਗੱਲਬਾਤ ਦੇ ਨਾਲ ਨਾਲ ਐਮਪੀ ਜਿਹੜੇ ਹੈਗੇ ਨੇ ਜੀ ਉੱਥੇ ਦੇ ਕਿਰਨ ਖੇਰ ਚੰਡੀਗੜ੍ਹ ਦੇ ਉਹਨਾਂ ਦੀ ਵੀ ਇੱਕ ਵੋਟ ਜਿਹੜੀ ਹੈਗੀ ਆ ਜੀ ਉਹ ਕਾਊਂਟ ਹੋਣੀ ਸੀਗੀ ਸੋ 14 ਦੇ ਨਾਲ ਇੱਕ ਜੋੜ ਕੇ ਜੀ 15 ਜਿਹੜੇ ਹੋਗੇ ਉਹਦੇ ਵਿੱਚ ਬੀਜੇਪੀ ਦੇ ਤੇ ਆਪ ਦੇ ਆਪਣੇ 11 ਕਾਉਂਸਲਰ ਸੀ ਕਿਤੇ ਨਾਲ ਦੀ ਨਾਲ ਜਿਹੜੇ ਜੀ ਕਾਂਗਰਸ ਸਰਕਾਰ ਹੈਗੀ ਆ ਜਾਂ ਕਾਂਗਰਸ ਦੇ ਜਿਹੜੇ ਉੱਥੇ ਕਾਉਂਸਲਰ ਸਿਗੇ ਉਹਨਾਂ ਦੀ ਗਿਣਤੀ ਤਕਰੀਬਨ 7 ਦੱਸੀ ਜਾ ਰਹੀ ਸੀ ਤੇ ਲੱਗਦਾ ਸੀਗਾ ਕਿ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੇ ਹੈਗੇ ਜੀ ਉਹ ਰਲ ਕੇ ਬੜੇ ਆਰਾਮ ਦੇ ਨਾਲ ਚੰਡੀਗੜ੍ਹ ਦੇ ਵਿੱਚ ਆਪਣਾ ਮੇਅਰ ਬਣਾ ਸਕਦੇ ਸੀਗੇ ਲੇਕਿਨ ਐਨ ਮੌਕੇ ਦੇ ਉੱਤੇ ਇਹ ਜਵਾਬ ਆਇਆ ਕਿ ਜਿਹੜੇ ਜੀ ਚੋਣ ਕਮਿਸ਼ਨ ਹੈਗੇ ਨੇ ਜਾਂ ਜਿਹੜੇ ਜੀ ਚੋਣ ਦੇ ਮੁਖ ਅਫਸਰ ਹੈਗੇ ਆ ਉਹ ਅੱਜ ਬਿਮਾਰ ਨੇ ਛੁੱਟੀ ਤੇ ਚਲੇ ਗਏ ਇਸ ਕਰਕੇ ਜਿਹੜੀ ਸਾਰੀ ਦੀ ਸਾਰੀ ਚੋਣ ਪ੍ਰਕਿਰਿਆ ਆਇਆ ਉਹਨੂੰ ਬੰਦ ਕਰਨਾ ਪਿਆ ਸੋ ਸਰਕਾਰਾਂ ਇਹਦੇ ਉੱਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਤਿੱਖਾ ਹਮਲਾ ਜਿਹੜਾ ਹੈਗਾ ਬੀਜੇਪੀ ਤੇ ਸਾਧਿਆ ਉਹਨਾਂ ਦਾ ਕਹਿਣਾ ਸੀਗਾ ਕਿ ਕਿਉਂਕਿ ਸਾਡਾ ਮੇਅਰ ਬਣ ਰਿਹਾ ਸੀਗਾ ਇਸ ਕਰਕੇ ਬੀਜੇਪੀ ਨੇ ਜਿਹੜਾ ਹੈਗਾ ਜੀ ਇਹ ਸਿਆਸੀ ਚਾਲ ਜਿਹੜੀ ਹੈ ਚੱਲੀ ਆ ਔਰ ਜੇ ਇੱਕ ਚੋਣ ਅਫਸਰ ਜਿਹੜੇ ਹੈਗੇ ਜੀ ਉਹ ਸਿੱਕ ਹੋ ਗਏ ਬਿਮਾਰ ਹੋ ਗਏ ਤੇ ਕਿਸੇ ਨਾ ਕਿਸੇ ਹੋਰ ਦੂਜੇ ਵੱਡੇ ਅਫਸਰ ਦੀ ਡਿਊਟੀ ਜਿਹੜੀ ਹੈ ਉਹ ਲਗਾਈ ਜਾ ਸਕਦੀ ਸੀਗੀ ਇਸ ਤਰੀਕੇ ਦੇ ਨਾਲ ਕਹਿੰਦੇ ਜੀ ਇਹ ਬੀਜੇਪੀ ਜਿਹੜੀ ਆ ਉਹ ਧੱਕੇਸ਼ਾਹੀ ਕਰ ਰਹੀ ਹੈਗੀ ਆ ਤੇ ਦੂਜੇ ਪਾਸਿਓਂ ਕੇਜਰੀਵਾਲ ਸਾਹਿਬ ਨੂੰ ਫਿਰ ਦੁਬਾਰਾ ਈਡੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਸੀਗਾ ਲੇਕਿਨ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਔਰ ਜਿਹੜੀ ਉਹਨਾਂ ਦੇ ਉੱਪਰ ਸਿਰ ਦੇ ਉੱਤੇ ਤਲਵਾਰ ਜਿਹੜੀ ਹੈਗੀ ਜੀ ਗ੍ਰਿਫਤਾਰੀ ਦੀ ਕਿਤੇ ਨਾ ਕਿਤੇ ਲੜਕੀ ਹੋਈ ਹੈਗੀ ਆ ਤੇ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ ਜੀ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਸਵਾਗਤ ਆਪ ਜੀ ਦਾ ਹਾਂ ਜੀ ਰਾਤਰੀ ਕਾਲ ਜੀ ਗੇਨ ਚਸਕਾਲ ਜੀ ਸਾਰਿਆਂ ਨੂੰ ਪੁਰੇ ਬਾਰ ਬੋਲਦਾ ਜੀ ਜੀ ਹਾਂਜੀ ਤੇ ਮੈਂ ਕਬਜਾ ਦਾ ਅ ਸੁਭਾਲ ਨਾਲ ਸ਼ਰਧਾ ਸਾਹਿਬ ਨਾਲ ਬਾਰੇ ਗੱਲ ਕੀਤੀ ਆ ਜੀ ਜਾਂ ਸਿੱਧੂ ਸਾਹਿਬ ਬਾਰੇ ਇਹ ਇਹ ਤਾਂ ਦਿੰਦੇ ਆ ਜੀ ਬੰਦੇ ਜੀ ਯਾਨੀ ਕਿ ਬਿਨਾਂ ਲਕੋਏ ਤੋਂ ਇਹ ਦਿੰਦੇ ਆ ਤੇ ਇਹ ਭਾਰਤ ਬਦਲੇ ਜਾਂ ਕਿਸੇ ਕਹਲਾ ਤੁਸੀਂ ਇਹ ਕੰਮ ਕਰ ਰਹੇ ਹੈ ਜੀ ਜਿੱਦਾਂ ਹੁਣ ਸਿੱਧੂ ਸਾਹਿਬ ਨੇ ਲੰਗਾ ਚਲਾਇਆ ਸੀ ਜੀ ਜਿੱਦਾਂ ਪਾਕਿਸਤਾਨ ਤੇ ਇੰਡੀਆ ਦਾ ਹਾਂਜੀ ਇਹਦੇ ਦਿੱਡਾ ਕੋ ਕੰਮ ਕੋਈ ਨਹੀਂ ਕਰ ਸਕਦਾ ਜੀ ਦੁਨੀਆ ਤੇ ਜੀ 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 ਬਿਲਕੁਲ ਤੁਸੀਂ ਤੁਹਾਡੀ ਗੱਲ ਜਾਇਜ਼ ਹੈ ਕਿ ਉਹ ਸਹੀ ਬੋਲ ਰਹਾ ਹੈ ਬਾਕੀ ਆ ਜਿਹੜੇ ਹੁਣ ਬੰਦੇ ਕਹੀ ਜਾਂਦੇ ਜੀ ਭਗਵਾਨਤਮਾਨ ਐ ਇਦਾਂ ਕਰਦਾ ਇਦਾਂ ਕਰਦਾ ਕੀ ਗੱਲ ਹੈ ਜੀ 1.5 ਸਾਲ ਤੋਂ ਹੂੰ ਕੀ ਕੀਤਾ ਕੁਛ ਨਹੀਂ ਹੋਇਆ ਹੂੰ ਉਹ ਸਾਰੇ ਲੋਕ ਉਹ ਜਿਹੜੇ ਉਹਦੇ ਅਮੈਤੀ ਉਹ ਕਹੀ ਜਾਂਦੇ ਜੀ ਹਲੇ ਫਟ ਟਾਈਮ ਦੇ ਉਹ ਟਾਈਮ ਦੇ ਹੂੰ ਟਾਈਮ ਕਿੰਨਾ ਕਿੰਨਾ ਦੇਈ ਜੋਗੇ ਜੀ ਤੁਸੀਂ ਜੀ ਕੋਈ ਡਾਕਟਰ ਸਾਹਿਬ ਦੇ ਵਿਚਾਰ ਤੋਂ ਹੁੰਦੇ ਜੀ ਇੱਥੇ ਜੀ ਬਿਲਕੁਲ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜੀ ਕਿਤੇ ਪਾਸ ਸਰਕਾਰ ਦੀ ਗੱਲ ਕਰਦੇ ਆ ਉਥੇ ਕਹਿੰਦੇ ਨੇ ਜੀ ਕਿ ਸਭ ਤੋਂ ਜ਼ਿਆਦਾ ਐਸ ਵਲੇ ਜਿਹੜੀ ਬਿਜਲੀ ਦੇ ਬਿੱਲਾਂ ਦੀ ਮਾਫੀ ਜਿਹੜੀ ਹੈਗੀ ਆ ਉਹਦੇ ਨਾਲ ਆਮ ਜਿਹੜੇ ਲੋਕ ਹੈਗੇ ਨੇ ਉਹ ਕਾਫੀ ਖੁਸ਼ ਹੈਗੇ ਨੇ ਔਰ ਜੇ ਹੁਣ ਸਰਦੀਆਂ ਦੀ ਗੱਲ ਕਰ ਲਈਏ ਤੇ ਕਹਿੰਦੇ ਸਰਦੀਆਂ ਦੇ ਵਿੱਚ ਤਾਂ ਬਹੁਤੇ ਜਿਹੜੇ ਲੋਕ ਹੈਗੇ ਕਿਉਂਕਿ ਹੁਣ ਏਸੀ ਵੀ ਬੰਦ ਹੋ ਗਏ ਪੱਖੇ ਵੀ ਬੰਦ ਹੋ ਗਏ ਤੇ ਆਮ ਘਰਾਂ ਦੇ ਜਿਹੜੇ ਬਿੱਲ ਹੈਗੇ ਆ ਉਹ ਵੀ ਮਾਫ ਹੋ ਰਹੇ ਨੇ ਅੱਛੇ ਅੱਛੇ ਘਰਾਂ ਦੇ ਜਿਹੜੇ ਲੋਕ ਸਮਰੱਥ ਵੀ ਹੈਗੇ ਨੇ ਬਿੱਲ ਦੇਣ ਦੇ ਲਈ ਪਰ ਉਹ ਜਿਹੜੀ ਉਹਨਾਂ ਨੇ ਯੂਨਿਟ ਜਿਹੜੇ ਹੈਗੇ ਜਿਉ ਫ੍ਰੀ ਕੀਤੇ ਆ ਕਿਉਂਕਿ ਬਿੱਲ ਉਸ ਤੋਂ ਕੱਟ ਬਣ ਰਿਹਾ ਤੇ ਇਸ ਕਰਕੇ ਉਹ ਸਾਰਿਆਂ ਨੂੰ ਫ੍ਰੀ ਬਿਜਲੀ ਜੜੀ ਜੀ ਦਿੱਤੀ ਜਾ ਰਹੀ ਹੈਗੀ ਆ ਸੋ ਇਸ ਵੇਲੇ ਮੈਂ ਕਹਿੰਨਾ ਕਿ ਇਹ ਕੁਝ ਪ੍ਰਾਪਤੀਆਂ ਜਿਹੜੀਆਂ ਮਾਨ ਸਰਕਾਰ ਦੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਇੱਕ ਵੱਡੀ ਪ੍ਰਾਪਤੀ ਆ ਇਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਚੁਣੌਤੀਆਂ ਬਹੁਤ ਹੈਗੀਆਂ ਨੇ ਚਾਹੇ ਆਪਾਂ ਮਾਈਨਿੰਗ ਦੀ ਗੱਲ ਕਰੀਏ ਕਿਉਂਕਿ ਇੱਕ ਬਹੁਤ ਵੱਡੀ ਖਬਰ ਆ ਰਹੀ ਸੀ ਆ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਹੈਗਾ ਦਿੱਲੀ ਦੇ ਵਿੱਚ ਉਸ ਅਯੋਗ ਦੇ ਅੱਗੇ ਇਹ ਅਰਜੀ ਲਗਾਈ ਆ ਆਪ ਜਾ ਕੇ ਕਿ ਭਈ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਇਲੀਗਲ ਹੋ ਰਹੀ ਆ ਉਹਨੂੰ ਰੋਕਿਆ ਜਾਵੇ ਉਹਨਾਂ ਨੇ ਸਾਰੀ ਰਿਪੋਰਟ ਜਿਹੜੀ ਹੈਗੀ ਆ ਐਨਜੀਟੀ ਟ੍ਰਿਬਿਊਨਲ ਦੇ ਮੋਹਰੇ ਰੱਖੀ ਔਰ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਪੰਜਾਬ ਦੇ ਵਿੱਚ ਆ ਕੇ ਇਹਦੇ ਉੱਤੇ ਕਾਰਵਾਈ ਕਰੋ ਤੇ ਉਸ ਅਯੋਗ ਨੇ ਹੁਣ ਤਕਰੀਬਨ ਜੀ ਪਹਿਲਾਂ ਤਾਂ ਜਨਵ ਇਹਦੇ ਮਹੀਨੇ ਦੇ ਵਿੱਚ ਉਹਨਾਂ ਦੀ ਸੁਣਵਾਈ ਸੀਗੀ ਲੇਕਿਨ ਉਹ ਸੁਣਵਾਈ ਜਿਹੜੀ ਹੈਗੀ ਆ ਹੁਣ ਮਾਰਚ ਮਹੀਨੇ ਤੱਕ ਮੁਲਤਵੀ ਕਰ ਦਿੱਤੀ ਗਈ ਆ ਤੇ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਐਨਜੀਟੀ ਦੇ ਅਯੋਗ ਦੇ ਉੱਪਰ ਇਹ ਚੀਜ਼ ਲੈ ਕੇ ਗਏ ਨੇ ਤੇ ਕਿਉਂਕਿ ਐਨਜੀਟੀ ਦਾ ਆਪਾਂ ਨੂੰ ਪਤਾ ਹੈ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਵਾਚ ਕਰਦੇ ਆਂ ਵੇਖਦੇ ਹੈਗੇ ਆ ਉਹ ਬਹੁਤ ਸਖਤ ਅਦਾਰਾ ਹੈਗਾ ਸਖਤ ਅਯੋਗ ਆ ਔਰ ਉਹਨਾਂ ਦੇ ਕੋਲ ਜੁਡੀਸ਼ੀਅਲਸ ਪਾਵਰ ਹੈਗੀਆਂ ਨੇ ਕਿਸੇ ਵੀ ਸਰਕਾਰ ਨੂੰ ਜੁਰਮਾਨਾ ਲਾਉਣ ਦੇ ਲਈ ਕਿਸੇ ਵੀ ਅਦਾਰੇ ਨੂੰ ਜਰਮਾਨੇ ਲਾਉਣ ਦੇ ਲਈ ਜਾਂ ਸਜ਼ਾ ਦੇਣ ਦੇ ਲਈ ਇਹ ਚੀਜ਼ਾਂ ਹੈਗੀਆਂ ਨੇ ਸੋ ਤਾਂ ਹੀ ਆਪਾਂ ਗੱਲਬਾਤ ਕਰਦੇ ਆ ਕਿ ਜੀ ਦੋਨਾਂ ਤਿਰਾਂ ਦਾ ਚਾਹੇ ਸਰਕਾਰ ਆ ਸਰਕਾਰੀ ਪੱਖਿਆ ਜਾਂ ਫਿਰ ਵਿਰੋਧੀ ਧਿਰ ਹੈਗੀ ਆ ਉਹਨਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਆ ਗੱਲ ਪੰਜਾਬ ਦੀ ਔਰ ਪੰਜਾਬ ਦੇ ਭਲੇ ਦੀ ਹੋਣੀ ਜਾਣੀ ਚਾਹੀਦੀ ਆ ਜੀ ਬਿਲਕੁਲ ਔਰ ਆਲਮੋਸਟ ਸਮਾਂ ਜਿਹੜਾ ਅੱਜ ਦੇ ਪ੍ਰੋਗਰਾਮ ਵੱਲ ਨੂੰ ਸਮਾਪਤੀ ਵੱਲ ਨੂੰ ਜਾ ਰਿਹਾ ਤਕਰੀਬਨ 2 ਮਿੰਟ ਬਾਕੀ ਰਹਿ ਗਏ ਨੇ ਔਰ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਅਗਰ ਤੁਹਾਡਾ ਕੋਈ ਬਿਜ਼ਨਸ ਵਪਾਰ ਹੈ ਤੁਸੀਂ ਉਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਵਤਨ ਨੂੰ ਦੂਰ ਦੇ ਰਾਹੀਂ ਜਾਂ ਸਾਡੇ ਸੋਸ਼ਲ ਨੈਟਵਰਕ ਰਾਹੀਂ ਤੇ ਬੜੀ ਖੁਸ਼ੀ ਹੋਵੇਗੀ ਸਾਨੂੰ ਤੁਹਾਡੇ ਨਾਲ ਮਿਲ ਕੇ ਕੰਮ ਕਰਕੇ ਨੰਬਰ 9057990999 ਹੈ ਜੀ ਔਰ ਪਵਨ ਜੀ ਤੁਸੀਂ ਵੀ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋ ਤੁਸੀਂ ਵੀ ਉਹਦੀ ਇਮੀਗ੍ਰੇਸ਼ਨ ਦੀ ਕੋਈ ਵੀ ਤੁਸੀਂ ਸਰਵਿਸ ਲੈਣੀ ਹੈਗੀ ਆ ਤੇ ਇਮੀਗ੍ਰੇਸ਼ਨ ਦੇ ਸਰਵਿਸਿਸ ਦੇ ਲਈ ਤੁਸੀਂ ਪਹੁੰਚਣਾ ਹੈਗਾ 350 ਰਦਰਫੋਰਡ ਰੋਡ ਸਾਊਥ ਸਟੀਲ ਐਂਡ ਰਦਰਫੋਰਡ ਦੀ ਇੰਟਰਸੈਕਸ਼ਨ ਦੇ ਉੱਤੇ ਬੀ ਡਬਲਯੂ ਸੀ ਇਮੀਗ੍ਰੇਸ਼ਨ ਬੀ ਫਾਰ ਬੈਸਟ ਅਗਰ ਤੁਸੀਂ ਇੱਥੇ ਵਿਜ਼ਟਰ ਵਿਜ਼ਿਟ ਤੇ ਆਏ ਹੈਗੇ ਹੋ ਜਾਂ ਫਿਰ ਸਟੂਡੈਂਟ ਆਏ ਹੈਗੇ ਹੋ ਤੇ ਆਪਣੀ ਪਰਮਨੈਂਟ ਰੈਜ਼ਿਡੈਂਸੀ ਦਾ ਹੱਲ ਲੱਭਣਾ ਚਾਹੁੰਦੇ ਹੈਗੇ ਹੋ ਤੇ ਇੱਕ ਵਾਰੀ ਬੀ ਡਬਲਯੂ ਸੀ ਇਮੀਗ੍ਰੇਸ਼ਨ ਦੇ ਨਾਲ ਤੁਸੀਂ ਬੈਠ ਕੇ ਰਾਫਤਾ ਕਾਇਮ ਕਰ ਸਕਦੇ ਹੋ ਤੁਹਾਨੂੰ ਦੱਸ ਦੇਣਗੇ ਕਿ ਕਿਹੜੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੀ ਪੀਆਰ ਆਸਾਨੀ ਨਾਲ ਹੋ ਸਕਦੀ ਆ ਤੇ ਤੁਹਾਡੇ ਮਾਂਬਾ ਜਿਹੜੇ ਹੈਗੇ ਜੇ ਉਹ ਇੱਥੇ ਤੁਹਾਡੇ ਨਾਲ ਰਹਿੰਦੇ ਨੇ ਤੇ ਤੁਹਾਨੂੰ ਅਜੇ ਤੱਕ ਉਹਨਾਂ ਦੀ ਪਰਮਾਨੈਂਟ ਰੈਜ਼ਿਡੈਂਸੀ ਨਹੀਂ ਹੋਈ ਉਹਨਾਂ ਦਾ ਲੋਟਰੀ ਦੇ ਵਿੱਚ ਸਿਸਟਮ ਨਹੀਂ ਆਇਆ ਤੇ ਤੁਸੀਂ ਉਹਨਾਂ ਬਾਬਤ ਵੀ ਗੱਲਬਾਤ ਕਰ ਸਕਦੇ ਹੋ ਅਗਰ ਤੁਸੀਂ ਆਪਣੇ ਪੇਰੈਂਟਸ ਦੀ ਪੀਆਰ ਕਰਵਾਉਣੀ ਹੈਗੀ ਆ ਤੇ ਉਹਦੇ ਬਾਬਤ ਵੀ ਪ੍ਰੋਗਰਾਮਾਂ ਦੇ ਲਈ ਤੁਸੀਂ ਗੱਲਬਾਤ ਕਰਨੀ ਆ 905 912 11 55 905 912 11 55 905 912 1155 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ ਤੇ ਨਾਲ ਦੀ ਨਾਲ ਤੜਕਾ ਕਿੰਗ ਦਾ ਮੈਸੇਜ ਟੀਕੇੀੀ ਮੀਟ ਵਾਲਾ ਜਿੱਥੋਂ ਤੁਸੀਂ ਲੈ ਸਕਦੇ ਹੋ ਜੀ ਬਹੁਤ ਹੀ ਵਾਜਿਬ ਪ੍ਰਾਈਸ ਦੇ ਉੱਤੇ ਫਿਸ਼ ਪਕੌੜਾ ਸਿਰਫ ਤੇ ਸਿਰਫ 499 ਦੇ ਉੱਤੇ ਤੁਸੀਂ ਲੈਣਾ ਹੈਗਾ ਜੀ ਫਿਸ਼ ਪਕੌੜਾ ਔਰ ਬਾਏ 1 ਟੇਕ 1 ਦਾ ਫਾਇਦਾ ਤੁਸੀਂ ਲੈਣਾ ਅਗਰ ਤੁਸੀਂ ਕੋਈ ਵੀ ਕੁਕਡ ਕਰੀ ਲੈਣੀ ਹੈਗੀ ਆ ਜਾਂ ਚਿਕਨ ਕਰੀ ਗੋਟ ਕਰੀ ਜਾਂ ਫਿਰ ਵੈਜ ਦੇ ਵਿੱਚ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਵੀ ਮਲਾਈ ਚਾਂਪ ਤੁਸੀਂ ਪਹੁੰਚਣਾ ਹੈਗਾ ਯਾ ਟੀਕੇ ਮੀਟ ਵਾਲਾ ਔਰ ਉੱਥੇ ਤੁਹਾਨੂੰ ਮਿਲ ਜਾਊਗਾ ਜੀ ਬਾਏ 1 ਟੇਕ 1 ਫ੍ਰੀ ਔਰ ਨਾਲ ਦੀ ਨਾਲ ਫਿਸ਼ ਪਕੌੜਾ ਸਿਰਫ ਤੇ ਸਿਰਫ 499 ਦਾ ਫੋਨ ਕਿੱਥੇ ਕਰਨਾ ਹੈਗਾ 905970 772 905 970 772 ਦੇ ਉਤੇ ਹੁਣੇ ਘੰਟੀ ਕਰਕੇ ਜਿਆਦਾ ਜਾਣਕਾਰੀ ਲੈ ਲਓ 905 970 772 ਦੇ ਉਤੇ ਗੱਲਬਾਤ ਜਿਹੜੀ ਆ ਜੀ ਉਹ ਹੋ ਸਕਦੀ ਹੈਗੀ ਆ ਤੇ ਸਮਾਂ ਹੋ ਗਿਆ ਜੀ ਇਸ ਵੇਲੇ ਸਟੂਡੀਓ ਦੇ ਘੜੀਆਂ ਦੇ ਵਿੱਚ 11:59 ਮਿੰਟ ਤੇ ਸਾਡਾ ਤੁਹਾਡਾ ਸਾਥ ਬਹੁਤ ਵਧੀਆ ਰਿਹਾ ਤੁਸੀਂ ਸਾਡੇ ਨਾਲ ਸਾਂਝ ਪਾਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਜਿਹੜਾ ਹੈਗਾ ਜੀ ਬਹੁਤ ਹੀ ਵਧੀਆ ਜਾਊਗਾ ਅਗਰ ਤੁਸੀਂ ਡਰਾਈਵ ਕਰ ਰਹੇ ਹੋਗੇ ਤਾਂ ਜ਼ਰੂਰ ਡਰਾਈਵ ਆਪਣੀ ਸੇਫਟੀ ਦੇ ਨਾਲ ਕਰਨੀ ਹੈਗੀ ਆ ਆ ਇਥੇ ਹੀ ਸਾਨੂੰ ਦਿਓ ਇਜਾਜ਼ਤ ਹੈ ਫਿਰ ਮਿਲਣ ਦੀ ਉਮੀਦ ਦੇ ਨਾਲ ਤੁਹਾਡੇ ਨਾਲ ਪਾਉਣੇ ਆ ਜੀ ਸਾਜ ਬਹੁਤ ਬਹੁਤ ਧੰਨਵਾਦ